ਸਲੋਕ ਚਾ ਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਰ ਤੁਝੈ ਨਾ ਵਿਆਪਈ ਨਾਨਕ ਮਿਟੈ ਉਪਾਧ ਪੌੜੀ ਚੱਜਾ ਝੂਰਨ ਮਿਟੈ ਤੁਮਾਰੋ ਰਾਮ ਨਾਮ ਸਿਓ ਕਰ ਬਿਉਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕੈ ਹਿਰਦੈ ਹੋਤ ਪਾਉ ਬੀਆ ਚਰੈ ਕਸਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੈ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕਉ ਕ੍ਰਿਪਾ ਗੁਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾਤਾਰ ਸਤਿਗੁਰੂ ਜੀ ਦੇ ਗੁਰੂ ਸਵਾਰੇ ਸਤ ਸੰਗੀ ਜਨੋ ਅਕਾਲ ਪੁਰਖ ਜੀ ਦੀ ਅਪਾਰ ਮਿਹਰ ਬਖਸ਼ਿਸ਼ ਕਿਰਪਾ ਦਾ ਸਦਕਾ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਵਿਚੋਂ ਆਪ ਸਰਬੱਤ ਸੰਗਤ ਨੇ 25 ਨੰਬਰ ਪੌੜੀ ਅਤੇ ਇਸ ਨਾਲ ਸਬੰਧਤ ਸਲੋਕ ਦਾ ਪਾਠ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿਚ ਉਸ ਸਮੇਂ ਨੂੰ ਉਸ ਘੜੀ ਨੂੰ ਉਸ ਪਲ ਨੂੰ ਸੁਹਾਵਣਾ ਤੇ ਸਭ ਤੋਂ ਵਧੀਆ ਕਿਹਾ ਹੈ ਜਿਸ ਸਮੇਂ ਵਿਚ ਮਨੁੱਖ ਅਕਾਲ ਪੁਰਖ ਦੀ ਯਾਦ ਵਿਚ ਜੁੜ ਜਾਂਦਾ ਹੈ। ਭਾਵੇਂ ਗੁਰਮਤ ਦਾ ਇਹ ਮੰਨਣਾ ਹੈ ਕਿ ਅਸੀਂ ਅਕਾਲ ਪੁਰਖ ਪ੍ਰਭੂ ਦੀ ਪੈਦਾ ਕੀਤੀ ਹੋਈ ਇਸ ਖਲਕਤ ਵਿਚ ਜਿੰਨੇ ਵੀ ਸ਼ੁਭ ਤੇ ਅਸ਼ੁਭ ਦੇ ਵਿਚਾਰ ਕਰਦੇ ਹਾਂ ਇਹ ਸਾਰੇ ਦੇ ਸਾਰੇ ਉਹਦੇ ਹੁਕਮ ਤੋਂ ਬਾਗੀ ਹੋਣ ਵਾਲੀ ਗੱਲ ਹੈ ਕਿਉਂਕਿ ਮਨੁੱਖ ਆਪਣੇ ਸੰਸਾਰ ਦੇ ਕੁਝ ਫਾਇਦਿਆਂ ਤੇ ਕੁਝ ਨੁਕਸਾਨਾਂ ਦੇ ਆਧਾਰ ਦੇ ਉੱਤੇ ਇਹ ਵੰਡ ਜਿਹੀ ਬਣਾ ਲੈਂਦਾ ਹੈ ਕਿ ਆਹ ਸਮਾਂ ਮੇਰੇ ਲਈ ਸ਼ੁਭ ਹੈ ਆਹ ਸਮਾਂ ਮੇਰੇ ਲਈ ਅਸ਼ੁਭ ਹੈ। ਪਰ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਆਹ ਸਮਾਂ ਅਸ਼ੁਭ ਹੈ ਇਹ ਦਿਨ ਚੰਗਾ ਨਹੀਂ ਇਹ ਵਾਰ ਚੰਗਾ ਨਹੀਂ ਆਹ ਘੜੀ ਸ਼ੁਭ ਨਹੀਂ ਤਾਂ ਸਤਿਗੁਰੂ ਮਹਾਰਾਜ ਬਾਣੀ ਵਿਚ ਆਖਦੇ ਨੇ ਸਾਡਾ ਇਹ ਕਿਹਾ ਹੋਇਆ ਤੇ ਇਹ ਮੰਨਿਆ ਹੋਇਆ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਵਿਚ ਗਲਤੀ ਕੱਢਦਾ ਹੈ। ਫਿਰ ਅਸੀਂ ਉਸ ਅਕਾਲ ਪੁਰਖ ਦੇ ਹੁਕਮ ਤੋਂ ਇਕ ਤਰ੍ਹਾਂ ਨਾਲ ਬਾਗੀ ਹੋ ਜਾਂਦੇ ਹਾਂ। ਐਸੀ ਬਗਾਵਤ ਵਾਲੀ ਸੋਚ ਮਨਮੁੱਖ ਦੀ ਹੋ ਸਕਦੀ ਹੈ ਸਾਕਤ ਦੀ ਹੋ ਸਕਦੀ ਹੈ ਪ੍ਰਭੂ ਅਕਾਲ ਪੁਰਖ ਦੀ ਯਾਦ ਨਾਲੋਂ ਟੁੱਟੇ ਹੋਏ ਦੀ ਹੋ ਸਕਦੀ ਹੈ ਪਰ ਜਿਹੜੇ ਉਹਦੀ ਯਾਦ ਵਿਚ ਜੁੜਦੇ ਹਨ
ਉਨ੍ਹਾਂ ਵਾਸਤੇ ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਬਚਨ ਕਿ ਮਾਹ ਦਿਵਸ ਮਹੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ। ਤੇ ਜਦੋਂ ਅਸੀਂ ਇਸ ਸ਼ੁਭ ਤੇ ਅਸ਼ੁਭ ਦੇ ਚੱਕਰ ਵਿਚ ਪੈ ਕੇ ਅਕਾਲ ਪੁਰਖ ਦੀ ਬਣਾਈ ਹੋਈ ਇਸ ਕੁਦਰਤ ਵਿਚ ਆਪਣੇ ਭਰਮਾਂ ਤੇ ਵਹਿਮਾਂ ਦੇ ਦੁਆਰਾ ਕਾਣੂ ਪਾਉਂਦੇ ਹਾਂ, ਵੰਡ ਪਾਉਂਦੇ ਹਾਂ, ਉਸ ਵੇਲੇ ਮਹਾਰਾਜ ਸਾਨੂੰ ਬਾਣੀ ਦੇ ਰਾਹੀਂ ਸਮਝਾਉਂਦਿਆਂ ਹੋਇਆਂ ਕਹਿੰਦੇ ਹਨ, ਸਤਿਗੁਰ ਬਾਝੋਂ ਅੰਧ ਗੁਬਾਰ ਥਿੱਤੀ ਵਾਰ ਸੇਵੈ ਮੁਗਧ ਗੁਬਾਰ। ਕਿ ਮੂਰਖ ਅਤੇ ਅਗਿਆਨੀ ਦਿਨਾਂ ਵਾਰਾਂ ਸਮਿਆਂ ਦੇ ਭਰਮ ਵਿਚ ਚੱਕਰ ਵਿਚ ਪਿਆ ਹੋਇਆ ਹੈ, ਇਸ ਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਅਕਾਲ ਪੁਰਖ ਦਾ ਬਣਾਇਆ ਹੋਇਆ ਸਭ ਕੁਝ ਪੂਰਨ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੇ ਕਿਹਾ, ਹੇ ਮਨੁੱਖ, ਜੇ ਇਸ ਭਰਮ ਵਿਚੋਂ ਨਿਕਲ ਕੇ ਤੂੰ ਇਹ ਵਿਚਾਰ ਕਰੇ ਵੀ ਕਿੰਨਾ ਸਮਾਂ ਮੈਂ ਆਪਣੇ ਜੀਵਨ ਦਾ ਸਹਿਜ ਟਿਕਾ ਆਨੰਦ ਨਾਲ ਵਧੀਆ ਢੰਗ ਨਾਲ ਬਤੀਤ ਕੀਤਾ ਤੇ ਕਿੰਨਾ ਸਮਾਂ ਮੈਂ ਆਪਣੇ ਜੀਵਨ ਦਾ ਗਲਤ ਧਾਰਨਾ, ਗਲਤ ਖਿਆਲ, ਗਲਤ ਕੰਮਾਂ ਦੇ ਵਿਚ ਖਰਾਬ ਕੀਤਾ। ਫਿਰ ਸਮਝਿਆ ਜਾ ਸਕਦਾ ਵੀ ਤੂੰ ਸਿਆਣਾ ਹੈ, ਦਾਨਾ ਹੈ, ਵਿਚਾਰਵਾਨ ਹੈ, ਪਰ ਜੀਵਨ ਦੇ ਇਸ ਸਮੇਂ ਦੀ ਇਸ ਢੰਗ ਨਾਲ ਵਿਚਾਰ ਕਰਨ ਦੀ ਬਜਾਏ ਤੂੰ ਭਰਮਾਂ ਵਿਚ ਪੈ ਕੇ, ਵਹਿਮਾਂ ਵਿਚ ਪੈ ਕੇ ਵਿਚਾਰ ਕਰਦਾ ਹੈ। ਤੇ ਜੇ ਤੂੰ ਇਹ ਵਿਚਾਰਦਾ ਹੀ ਹੈ ਵੀ ਸਮਾਂ ਸ਼ੁਭ ਤੇ ਅਸ਼ੁਭ ਹੈ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਜੀਵਨ ਵਿਚ ਸਭ ਤੋਂ ਸ਼ੁਭ ਸਮਾਂ ਉਹੀ ਮੰਨਿਆ ਜਾਏਗਾ ਜਿਸ ਸਮੇਂ ਵਿਚ ਤੂੰ ਉਸ ਕਰਤੇ ਦੇ ਗੁਣਾਂ ਨੂੰ ਜੀਵਨ ਵਿਚ ਧਾਰਨ ਕਰਕੇ ਉਹਦੇ ਮੁਤਾਬਕ ਉਹਦੀ ਯਾਦ ਵਿਚ ਜੁੜ ਕੇ ਜਿਉਂਦਾ ਹੈ, ਚੰਗੇ ਅਮਲ ਕਰਦਾ ਹੈ, ਚੰਗੇ ਕਰਮ ਕਰਦਾ ਹੈ। ਪਰ ਜਦੋਂ ਤੂੰ ਉਹਦੀ ਯਾਦ ਨਾਲੋਂ ਟੁੱਟਿਆ ਹੋਇਆ ਮਨਮੁੱਖਾਂ ਵਾਲਾ ਜੀਵਨ ਜਿਉਂਦਾ ਹੈ, ਵਿਕਾਰੀ ਜੀਵਨ ਜਿਉਂਦਾ ਹੈ, ਮੰਦਾ ਆਚਰਣ, ਮੰਦੇ ਕਰਮ ਕਰਦਾ ਹੈ, ਉਹ ਸਮਾਂ ਤੇਰੇ ਲਈ ਅਸ਼ੁਭ ਹੈ, ਭਾਵੇਂ ਅਖੌਤੀ ਸਿਆਣਿਆਂ ਨੇ ਉਸ ਘੜੀ ਨੂੰ ਸ਼ੁਭ ਹੀ ਦੱਸਿਆ ਹੋਵੇ, ਪਰ ਉਹ ਤੇਰੇ ਲਈ ਅਸ਼ੁਭ ਹੈ। ਕਿਉਂਕਿ ਉਸ ਘੜੀ ਦੇ ਵਿਚ ਤੂੰ ਝੂਠ ਦੇ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਆਪਣਾ ਸਮਾਂ ਬਤੀਤ ਕੀਤਾ। ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿਚ ਉਸ ਵੇਲੇ ਨੂੰ, ਉਸ ਸਮੇਂ ਨੂੰ ਅੰਮ੍ਰਿਤ ਨਾਲ ਤੁਲਨਾ ਦਿੱਤੀ ਹੈ, ਜਿਸ ਵੇਲੇ ਤੇ ਜਿਸ ਵਕਤ ਵਿਚ, ਜਿਸ ਸਮੇਂ ਵਿਚ ਅਸੀਂ ਉਸ ਕਰਤੇ ਦੀ ਯਾਦ ਵਿਚ ਜੁੜਦੇ ਹਾਂ, ਉਹਦੇ ਗੁਣਾਂ ਨੂੰ ਜੀਵਨ ਵਿਚ ਵਸਾਉਂਦੇ ਹਾਂ, ਨੇਕ ਅਮਲ ਤੇ ਉੱਚੇ ਆਚਰਣ ਸਹਿਤ ਅਸੀਂ ਆਪਣਾ ਸਮਾਂ ਬਤੀਤ ਕਰਦੇ ਹਾਂ, ਉਸ ਸਮੇਂ ਨੂੰ ਅੰਮ੍ਰਿਤ ਨਾਲ ਤੁਲਨਾ ਦੇ ਕੇ ਮਹਾਰਾਜ ਨੇ ਬੜਾ ਵਡਿਆਇਆ ਹੈ। ਤੁਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹੋ, ਦੋ ਪ੍ਰਸ਼ਨ ਉਸ ਵਿਚ ਮਹਾਰਾਜ ਨੇ ਬੜੇ ਕੀਮਤੀ ਰੱਖੇ ਹਨ। ਪਹਿਲਾ ਇਹ ਰੱਖਿਆ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਉਹ ਕਿਹੜੀ ਭੇਟਾ ਹੈ ਜਿਹੜੀ ਤੇਰੇ ਅੱਗੇ ਭੇਟ ਕਰਾਂ, ਤੇਰੇ ਅੱਗੇ ਰੱਖਾਂ, ਤੇ ਜਿਸ ਭੇਟਾ ਨੂੰ ਪ੍ਰਵਾਨ ਕਰਕੇ ਤੂੰ ਮੈਨੂੰ ਆਪਣੇ ਦਰ ਦੀ ਥਾਂ ਦੇ ਦੇਵੇਂ, ਮੈਂ ਤੇਰੇ ਦਰ ਤੇ ਪਹੁੰਚ ਸਕਾਂ, ਮੈਨੂੰ ਤੇਰੇ ਦਰ ਦੀ ਸੋਝੀ ਹੋ ਜਾਏ। ਦੂਸਰਾ ਪ੍ਰਸ਼ਨ ਇਹ ਉਠਾਇਆ ਹੈ, ਹੇ ਅਕਾਲ ਪੁਰਖ ਜੀ, ਪ੍ਰਭੂ ਜੀ,
ਉਹ ਕਿਹੋ ਜਿਹੀ ਬੇਨਤੀ ਹੈ ਜਿਹੜੀ ਮੈਂ ਆਪਣੀ ਜ਼ਬਾਨ ਤੋਂ ਕਰਾਂ, ਉਹ ਕਿਹੜੀ ਅਰਦਾਸ ਹੈ, ਉਹ ਕਿਹੜਾ ਬੋਲ ਹੈ, ਉਹ ਕਿਹੜੀ ਗੱਲ ਹੈ ਜਿਹੜੀ ਮੈਂ ਆਪਣੀ ਰਸਨਾ ਤੋਂ ਕਹਾਂ ਤੇ ਮੇਰੇ ਉਸ ਬੋਲ ਨੂੰ ਤੂੰ ਸੁਣ ਕੇ ਖੁਸ਼ ਹੋਵੇਂ ਤੇ ਖੁਸ਼ ਹੋ ਕੇ ਤੂੰ ਮੈਨੂੰ ਪਿਆਰ ਕਰੇ। ਦੋ ਗੱਲਾਂ ਕਹੀਆਂ ਹਨ ਆਮ ਧਰਮ ਦੀ ਦੁਨੀਆ ਚ। ਤੁਸੀਂ ਦੇਖੋ ਭੇਟਾ ਧਰਨੀ ਔਰ ਬੇਨਤੀ ਕਰਨੀ, ਦੋ ਗੱਲਾਂ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਨੇ। ਜਿਸ ਇਸ਼ਟ ਨੂੰ ਕੋਈ ਮੰਨਦਾ ਉਸ ਇਸ਼ਟ ਦੀ ਮਰਜ਼ੀ ਮੁਤਾਬਕ ਕੁਝ ਨਾ ਕੁਝ ਉਹ ਭੇਟ ਧਰਦਾ ਹੈ ਤੇ ਫਿਰ ਉਹਦੇ ਅੱਗੇ ਪ੍ਰਾਰਥਨਾ ਕਰਦਾ ਹੈ, ਪ੍ਰੇਅਰ ਕਰਦਾ ਹੈ, ਅਰਦਾਸ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੋਵੇਂ ਹੀ ਨੁਕਤੇ ਉਠਾਉਂਦੇ ਨੇ। ਹੇ ਅਕਾਲ ਪੁਰਖ ਜੀ, ਮੈਂ ਕਿਹੜੀ ਭੇਟਾ ਤੇਰੇ ਅੱਗੇ ਰੱਖਾਂ ਜਿਸ ਨੂੰ ਤੂੰ ਪ੍ਰਵਾਨ ਕਰਕੇ ਮੈਨੂੰ ਆਪਣੇ ਦਰ ਦੀ ਸੋਝੀ ਦੇਵੇਂ, ਤੇ ਉਹ ਕਿਹੜਾ ਬੋਲ, ਕਿਹੜੀ ਪ੍ਰਾਰਥਨਾ, ਕਿਹੜੀ ਬੇਨਤੀ ਹੈ ਜਿਹੜੀ ਮੈਂ ਤੇਰੇ ਕੋਲ ਆਖਾਂ ਤੇ ਜਿਹਨੂੰ ਸੁਣ ਕੇ ਤੂੰ ਖੁਸ਼ ਹੋਵੇਂ ਤੇ ਖੁਸ਼ ਹੋ ਕੇ ਮੇਰੇ ਨਾਲ ਤੂੰ ਪਿਆਰ ਕਰੇ, ਮੈਨੂੰ ਤੇਰਾ ਪਿਆਰ ਨਸੀਬ ਹੋਵੇ। ਫੇਰ ਕੇ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ। ਹੁਣ ਦੋਨਾਂ ਪੰਕਤੀਆਂ ਦਾ, ਦੋਵਾਂ ਸਵਾਲਾਂ ਦਾ ਇੱਕ ਉੱਤਰ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤਿਗੁਰੂ ਕਹਿੰਦੇ ਹੇ ਮਨੁੱਖ, ਤੈਨੂੰ ਕਿਹੜੀ ਭੇਟਾ ਦੇਣੀ ਚਾਹੀਦੀ ਹੈ? ਵੈਸੇ ਤੇ ਸੰਸਾਰ ਦਾ ਕੋਈ ਵੀ ਪਦਾਰਥ ਜੇ ਤੂੰ ਰੱਬ ਨੂੰ ਦਿੰਨਾ, ਤੂੰ ਸਮਝਦਾ ਮੈਂ ਦੇ ਰਿਹਾ ਹਾਂ, ਤਾਂ ਇਹ ਤਾਂ ਗੱਲ ਸਹੀ ਹੀ ਨਹੀਂ। ਤੇਰੋ ਕੀਆ ਤੁਝਹਿ ਕਿਆ ਅਰਪਾਉ, ਤੀਰਾ ਦਿੱਤਾ ਹੋਇਆ ਤੈਨੂੰ ਹੀ ਦੇ ਕੇ, ਤੈਨੂੰ ਹੀ ਵਾਪਸ ਮੋੜ ਕੇ, ਤੇ ਮੈਂ ਅਹਿਸਾਨ ਕਰਾਂ ਵੀ ਮੈਂ ਬਹੁਤ ਵੱਡਾ ਪੁੰਨ ਕਰਮ ਕਮਾ ਲਿਆ, ਮੇਰਾ ਕੀ ਸੀ? ਉਹ ਤਾਂ ਉਸੇ ਦਾ ਹੀ ਹੈ ਜਿਸ ਵਿਚੋਂ ਥੋੜਾ ਜਿਹਾ ਹਿੱਸਾ ਤੂੰ ਉਹਦੇ ਚਰਨਾਂ ਚ ਰੱਖ ਕੇ ਤੇ ਤੂੰ ਅਹਿਸਾਨ ਜੇ ਕਰਨ ਲੱਗ ਪਵੇ ਨਾ ਵੀ ਮੈਂ ਕੁਝ ਦਿੱਤਾ ਹੈ ਕੋਲੋਂ, ਮੈਂ ਕੁਝ ਭੇਟਾ ਦਿੱਤੀ ਹੈ, ਮੈਂ ਕੋਈ ਪੁੰਨ ਕਮਾ ਲਿਆ, ਮੈਂ ਕੋਈ ਭਲਾ ਕਰ ਲਿਆ, ਤਾਂ ਇਹ ਤੇਰੀ ਅਗਿਆਨਤਾ ਹੈ। ਇਹਦਾ ਮਤਲਬ ਤੂੰ ਸਮਝਦਾ ਤੇਰਾ, ਤੇਰੋ ਕੀਆ ਤੁਝੇ ਕਿਆ ਅਰਪਾਂ, ਕੀ ਅਰਪਣ ਕਰਾਂ ਤੈਨੂੰ, ਸਾਰਾ ਤੇਰਾ ਹੀ ਤੇ ਹੈ, ਤੇਰਾ ਹੀ ਤਾਂ ਦਿੱਤਾ ਹੋਇਆ, ਤੂੰ ਹੀ ਤੇ ਮਾਲਕ ਹੈ ਇਹਨਾਂ ਚੀਜ਼ਾਂ ਦਾ, ਅਸੀਂ ਤਾਂ ਕੇਵਲ ਵਰਤਨ ਵਾਲੇ ਹਾਂ। ਜਿੰਨੀ ਕੁ ਸਾਡੀ ਜ਼ਿੰਦਗੀ ਦੀ ਸੀਮਾ ਹੈ, ਸਫ਼ਰ ਹੈ, ਅਸੀਂ ਇਹਨੂੰ ਵਰਤਾਂਗੇ, ਖਰਚਾਂਗੇ, ਸਭ ਇੱਥੇ ਹੀ ਛੱਡ ਜਾਵਾਂਗੇ। ਅਸਲ ਮਾਲਕ ਤੇ ਤੂੰ ਹੋਇਆ ਨਾ, ਜਿਹੜਾ ਸਦਾ ਕਾਇਮ ਰਹਿੰਦਾ ਹੈ। ਅਸੀਂ ਤੇ ਆਰਜੀ ਜੇ ਹਾਂ, ਬਸ ਕੁਝ ਸਮਾਂ ਸਾਨੂੰ ਮਿਲਿਆ ਵਰਤ ਕੇ, ਖਰਚ ਕੇ, ਹੰਢਾ ਕੇ, ਆਖਰ ਆਪਣਾ ਸਮਾਂ ਪੂਰਾ ਕਰਕੇ ਅਸੀਂ ਪਹਿਲਿਆਂ ਵਾਂਗ ਤੁਰਦੇ ਬਣਾਂਗੇ। ਅਸੀਂ ਤੇ ਇਹਦੇ ਮਾਲਕ ਨਹੀਂ, ਮਾਲਕੀ ਜਤਾਉਂਦੇ ਜ਼ਰੂਰ ਹਾਂ, ਇਹ ਭਰਮ ਜ਼ਰੂਰ ਪਾਲਦੇ ਅਸੀਂ ਅਸਲ ਮਾਲਕ ਹਾਂ, ਅਸੀਂ ਇਹਦੇ ਉੱਤੇ ਕਾਬਜ਼ ਹਾਂ, ਅਸੀਂ ਇਹ ਸਾਡੀ ਮਲਕੀਅਤ ਹੈ। ਪਰ ਗੁਰੂ ਕਹਿੰਦਾ ਵੇਖ ਲਓ, ਇਹ ਮਲਕੀਅਤਾਂ ਸਭ ਇੱਥੇ ਹੀ ਰਹਿ ਜਾਂਦੀਆਂ ਨੇ, ਸਭ ਇੱਥੇ ਹੀ, ਔਰ ਸਾਰਾ ਕੁਝ ਮਾਲਕ ਖਵਾਉਣ ਵਾਲੇ ਤੁਰ ਕੇ ਛੱਡ ਜਾ। ਵੈਸੇ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ, ਹੈ ਤੇ ਪ੍ਰਤੀਕ ਵਾਚਕ, ਕਹਿੰਦੇ ਨੇ ਖਸਮ ਮਰੈ ਤਾਂ ਉਹ ਨਾਰ ਨਾ ਰੋਵੈ। ਮਾਲਕ ਮਰ ਜਾਏ ਨਾ ਤੇ ਔਰਤ ਰੋਂਦੀ ਨਹੀਂ। ਇਹ ਇਸ ਔਰਤ ਮਰਦ ਵਾਸਤੇ ਸ਼ਬਦ ਨਹੀਂ ਕਹੇ। ਨਾਰ ਇੱਥੇ ਕਿਹਾ ਗਿਆ ਹੈ ਮਾਇਆ ਨੂੰ, ਕਿਉਂਕਿ ਬਾਣੀ ਜਿਹੜੀ ਉਹ ਕਾਵ ਰੂਪ ਚ ਹੈ ਤੇ ਕਾਵ ਦਾ ਭਾਵ ਸਮਝਣਾ ਪੈਂਦਾ। ਹੁਣ ਵੇਖੋ, ਜਿਹੜੇ ਸੱਜਣ ਇਹ ਸੋਚਦੇ ਹਨ ਵੀ ਗੁਰਬਾਣੀ ਨੂੰ ਵਿਚਾਰਨ ਦੀ ਲੋੜ ਕੋਈ ਨਹੀਂ, ਨਾ ਬਾਣੀ ਦੀ ਕਥਾ ਹੋਣੀ ਚਾਹੀਦੀ ਹੈ ਨਾ ਅਰਥ ਹੋਣੇ ਚ, ਉਹ ਫਿਰ ਦੱਸਣ ਵੀ ਫਿਰ ਖਸਮ ਮਰੇ ਤੋਂ ਨਾਰ ਨਾ ਰੋਵੇ ਦਾ ਕੀ ਭਾਵ ਹੋਏਗਾ। ਉਹ ਕਿਹੜੀ ਔਰਤ ਹੈ ਜਿਹੜੀ ਆਪਣੇ ਮਾਲਕ ਦੇ ਪਤੀ ਦੇ ਤੁਰ ਜਾਣ ਤੋਂ ਬਾਅਦ ਅਥਰੂ ਵੀ ਨਾ ਕੇਰੇ?
ਉਹਨੂੰ ਦੁੱਖ ਵੀ ਮਹਿਸੂਸ ਨਾ ਹੋਵੇ, ਕਦੇ ਹੋ ਸਕਦਾ? ਦੁੱਖ ਤੇ ਹੋਏਗਾ ਨਾ, ਜਿੰਨਾ ਵੀ ਕਿਸੇ ਦਾ ਕਿਸੇ ਨਾਲ ਸੰਬੰਧ ਹੈ। ਬਾਣੀ ਹੈ ਕਾਵਿ ਵਿੱਚ, ਔਰ ਕਾਵਿ ਦੇ ਭਾਵ ਨੂੰ ਸਮਝਣਾ ਹੁੰਦਾ। ਬੜੇ ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਕਹੇ ਜਾ ਸਕਦੇ ਨੇ, ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲੱਖ ਹੁਆ ਮੂਲ, ਬੱਕਰੀ ਕੋ ਹਸਤੀ ਪ੍ਰਤ ਪਾਲੇ, ਆਪਣਾ ਪ੍ਰਭ ਨਦਰ ਨਿਹਾਲੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਚ ਬੜੇ ਐਸੇ ਸ਼ਬਦ ਹਨ। ਜਲ ਕੀ ਮਾਛਲੀ ਚਰੇ ਖਜੂਰ, ਹੁਣ ਵੀ ਪਾਣੀ ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ ਗਈ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ, ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਸਿੰਘ ਬਿਲਾਈ ਹੋਏ ਗਏ ਵੀ ਸ਼ੇਰ ਬਿੱਲੀ ਬਣ ਗਿਆ ਹੈ। ਇਹ ਜਿਤਨੇ ਵੀ ਭਾਵ ਹਨ, ਇਹਨਾਂ ਇਹ ਜਿੰਨੀਆਂ ਵੀ ਸਤਿਗੁਰੂ ਨੇ ਪੰਕਤੀਆਂ, ਸ਼ਬਦ, ਸਲੋਕ ਜੋ ਵੀ ਉਚਾਰਨ ਕੀਤਾ, ਇਹਦੇ ਭਾਵ ਨੂੰ ਸਮਝੇ ਬਿਨਾਂ ਅਸਲ ਘੁੰਡੀ ਨਹੀਂ ਖੁੱਲਦੀ। ਕਿਉਂਕਿ ਜਿਸ ਮਹਾਂਪੁਰਖ ਨੇ ਕੋਈ ਗੱਲ ਕੀਤੀ, ਉਹਨੇ ਆਪਣੇ ਅੰਦਾਜ਼ ਵਿੱਚ ਕੀਤੀ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਵਿਚਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਹੀ ਜ਼ਿਆਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਬਚਨ ਵੀ, ਖਸਮ ਮਰੇ ਮਾਲਕ ਮਰ ਗਿਆ ਹੈ, ਖਸਮ ਕਹਿੰਦੇ ਨੇ ਮਾਲਕ ਨੂੰ, ਤਾਂ ਨਾਰ ਨਾ ਰੋ, ਨਾਰ ਦਾ ਮਤਲਬ ਇਕੱਠੀ ਕੀਤੀ ਹੋਈ ਮਾਇਆ, ਉਹਨੂੰ ਰੋਂਦੀ ਨੀ ਵੀ ਹਾਏ ਮੇਰਾ ਮਾਲਕ ਤੁਰ ਗਿਆ। ਕਿਉਂ ਭਲਾ? ਕਿਉਂਕਿ ਉਸ ਰਖਵਾਰਾ ਉਰੋ ਹੋਵੇ, ਉਹਦੀ ਡੈਡ ਬਾਡੀ ਨੂੰ ਭਾਵੇਂ ਸੰਭਾਲਣ ਚ ਦੇਰੀ ਹੋ ਜਾਏ, ਅਗਲੇ ਸਭ ਤੋਂ ਪਹਿਲਾਂ ਇਹ ਪ੍ਰਬੰਧ ਕਰਦੇ ਨੇ ਵੀ ਬਾਕੀ ਜੋ ਛੱਡ ਗਿਆ ਉਹਦਾ ਕੀ ਕਰਨਾ ਹੈ। ਕਈ ਵਾਰ ਤਾਂ ਫਿਰ ਕੋਰੇ ਕਾਗਜ਼ ਉੱਤੇ ਉਸ ਦੇ ਅੰਗੂਠੇ ਲਵਾ ਲਏ ਜਾਂਦੇ ਨੇ ਵੀ ਕਿਤੇ ਨਾ ਹੋਵੇ, ਮਗਰੋਂ ਲੋੜ ਪੈ ਜਾਏ ਤੇ ਕਿੱਥੋਂ ਲੱਭਾਂਗੇ, ਹੁਣੇ ਹੀ ਪ੍ਰਬੰਧ ਕਰ ਲਓ। ਤਾਂ ਵਕੀਲ ਨੇ ਆਖਿਆ ਦੇ ਅੰਗੂਠੇ ਲੈ ਲਓ, ਅੰਗੂਠੇ ਦਾ ਨਿਸ਼ਾਨ ਲੈ ਲਓ, ਮਗਰੋਂ ਕੰਮ ਆ ਜਾਣਗੇ, ਨਹੀਂ ਤੇ ਬੜਾ ਚੱਕਰ ਪਏਗਾ। ਚੰਗਾ ਹੁੰਦਾ ਜੇ ਬਾਪੂ ਜਿਉਂਦਿਆਂ ਲਿਖ ਕੇ ਦੇ ਜਾਂਦਾ, ਨਹੀਂ ਲਿਖਿਆ, ਚਲੋ ਅੰਗੂਠੇ ਦਾ ਨਿਸ਼ਾਨ ਤੇ ਕੰਮ ਆ ਜਾਏਗਾ ਨਾ। ਹੁਣ ਧਿਆਨ ਦੇਣਾ ਇਸ ਗੱਲ ਵੱਲ, ਸਤਿਗੁਰੂ ਮਹਾਰਾਜ ਨੇ ਆਖਿਆ ਉਸ ਰਖਵਾਰਾ ਹੋਰ ਹੋਵੇ, ਉਹਦਾ ਰਖਵਾਰਾ ਹੋਰ ਬੜੇ ਨੇ, ਬੜੇ ਕਤਾਰ ਬਣੀ ਹੈ ਪਿੱਛੇ, ਸਾਨੂੰ ਮਿਲ ਜਾਏ, ਸਾਨੂੰ ਮਿਲ ਜਾਏ। ਬਾਣੀ ਚ ਇੱਕ ਬਚਨ ਆਇਆ, ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰੱਖੀ ਨਿਰਾਰੀ, ਧਾਵਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਦ ਤਨ ਜਾਰੀ, ਕਰਮ ਧਰਮ ਸੰਜਮ ਸੁਚ ਨੇਮਾ, ਚੰਚਲ ਸੰਗ ਸਗਲ ਬਿਦ ਹਾਰੀ। ਪਾਸ਼ਪੰਖੀ ਬਿਰਖੀ ਅਸਥਾਵਰ ਬਹੁਬਿਦ ਜੋਨ ਭਰਮਿਓ ਅਤ ਭਾਰੀ, ਕਹਿੰਦੇ ਇੰਨਾ ਪਿਆਰ ਕੀਤਾ ਵੀ ਆਪਣਿਆਂ ਤੋਂ ਵੀ ਲੁਕੋ ਲੁਕੋ ਕੇ ਰੱਖੀ, ਐਵੇਂ ਕਿਤੇ ਵਾਧੂ ਖਰਚੀ ਨਾ ਕਰ ਦਿੰਦੇ ਹੋਣ, ਸਾਰਿਆਂ ਤੋਂ। ਹੁਣ ਉਹੀ ਕਤਾਰ ਵਿੱਚ ਖੜੇ ਨੇ ਵੀ ਸਾਡੀ ਹੈ। ਕਹਿਣ ਦਾ ਭਾਵ ਗੁਰੂ ਪਾਤਸ਼ਾਹ ਦਾ ਇਹ ਹੈ ਕਿ ਠੀਕ ਹੈ, ਜਿੰਨਾ ਚਿਰ ਸਾਡੇ ਸਾਹ ਹੁੰਦੇ ਨੇ ਅਸੀਂ ਉਹਨੂੰ ਸੰਭਾਲਦੇ ਵੀ ਹਾਂ, ਅਸੀਂ ਉਹਦੇ ਤੇ ਹੱਕ ਵੀ ਜਤਾਉਂਦੇ ਹਾਂ, ਅਸੀਂ ਉਹਨੂੰ ਆਪਣੀ ਮਲਕੀਅਤ ਵੀ ਸਮਝਦੇ ਹਾਂ, ਪਰ ਸਚਾਈ ਯਥਾਰਥ ਇਹ ਹੈ ਕੁਦਰਤ ਦਾ ਵੀ ਉਹ ਕਿਸੇ ਦੀ ਵੀ ਮਲਕੀਅਤ ਨਹੀਂ, ਨਾ ਪਹਿਲਿਆਂ ਦੀ ਸੀ, ਨਾ ਸਾਡੀ ਹੈ, ਨਾ ਮਗਰੋਂ ਆਉਣ ਵਾਲਿਆਂ ਦੀ ਹੋਏਗੀ। ਇਸ ਤਰ੍ਹਾਂ ਹੀ ਚੱਲ ਰਿਹਾ ਸੰਸਾਰ, ਇਸ ਤਰ੍ਹਾਂ ਹੀ ਚੱਲ ਰਹੀ ਹੈ ਦੁਨੀਆ। ਤੋ ਗੁਰੂ ਮਹਾਰਾਜ ਕਹਿੰਦੇ ਨੇ ਹਾਂ, ਜਿੰਨਾ ਚਿਰ ਸਾਡੇ ਚ ਜਾਨ ਹੈ ਅਸੀਂ ਤਾਂ ਓੜ ਪੋੜ ਕਰਨਾ ਹੀ ਹੁੰਦਾ ਤੇ ਕਰਦੇ ਵੀ ਹਾਂ, ਪਰ ਸਚਾਈ ਇਹ ਹੋਈ ਹੈ ਵੀ ਇਹ ਕਿਸੇ ਦੀ ਮਲਕੀਅਤ ਨਹੀਂ। ਤਾਂ ਫਿਰ ਅਸਲ ਮਾਲਕ ਤਾਂ ਉਹੀ ਹੋਇਆ ਨਾ, ਜਿਹਨੇ ਰਜ਼ਾ ਬਣਾਈ ਹੈ, ਜਿਹਨੇ ਹੁਕਮ ਸਿਰਜਿਆ, ਅਸਲ ਮਾਲਕ ਤੇ ਉਹ ਹੈ। ਤੇ ਉਸ ਅਸਲ ਮਾਲਕ ਨੂੰ
ਅਸੀਂ ਐਵੇਂ ਆਰਜ਼ੀ ਜਿਹਾ ਜੀਵਨ ਜਿਉਣ ਵਾਲੇ ਜਿਹੜੇ ਕੁਝ ਚੀਜ਼ਾਂ ਉਹਦੀਆਂ ਹੀ ਦਿੱਤੀਆਂ ਉਹਨੂੰ ਹੀ ਰੱਖ ਕੇ ਆਖੀਏ ਵੀ ਬੜਾ ਵੱਡਾ ਬਈ ਪੁੰਨ ਕਰ ਲਿਆ, ਮੈਂ ਤਾਂ ਬੜਾ ਵੱਡਾ ਅਹਿਸਾਨ ਕਰ ਦਿੱਤਾ। ਤੂੰ ਗੁਰੂ ਮਹਾਰਾਜ ਕਹਿੰਦੇ ਤੂੰ ਕੀ ਕੀਤਾ, ਤੇਰਾ ਹੈ ਕੀ ਸੀ, ਗੱਲ ਤੇ ਸਮਝਣ ਵਾਲੀ ਹੈ। ਇਸੇ ਕਰਕੇ ਰੱਬੀ ਪਿਆਰਿਆਂ ਦੇ ਜੀਵਨ ਵਿੱਚੋਂ ਇਹੀ ਸੁਰ ਨਿਕਲਦੀ ਹੈ, ਹੇ ਅਕਾਲ ਪੁਰਖ ਵਾਹਿਗੁਰੂ ਇਹ ਤੇਰਾ ਹੀ ਹੈ, ਅਸੀਂ ਜੋ ਖਾਂਦੇ ਵੀ ਹਾਂ ਨਾ ਉਹ ਵੀ ਸਾਡਾ ਨਹੀਂ ਤੇਰਾ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਅਸੀਂ ਤਾਂ ਤੇਰਾ ਦਿੱਤਾ ਖਾ ਰਹੇ ਹਾਂ। ਸੱਚਾਈ ਨੂੰ ਜਿਉਣ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ। ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਹੋਰ ਕੋਈ ਤਰੀਕਾ ਹੀ ਨਹੀਂ ਬੰਦੇ ਨੂੰ ਸ਼ੈਤਾਨ ਤੋਂ ਫੇਰ ਇਨਸਾਨ ਬਣਾਇਆ ਜਾਏ, ਹੋਰ ਕੋਈ ਢੰਗ ਨਹੀਂ। ਇਹ ਫਿਲੋਸਫੀ ਹੀ ਇੱਕੋ ਇੱਕ ਤਰੀਕਾ ਹੈ ਜਿੱਥੇ ਮਨੁੱਖ ਸਹੀ ਅਰਥਾਂ ਦੇ ਵਿੱਚ ਸੰਜਮ ਵਿੱਚ ਰਹਿ ਸਕਦਾ। ਹੁਣ ਗੁਰੂ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਕਿਹੜੀ ਭੇਟਾ ਧਰਾਂ ਤੇ ਬੋਲ ਕਿਹੜਾ ਬੋਲਾਂ, ਤੈਨੂੰ ਕਿਹੜੀ ਭਾਸ਼ਾ ਪਸੰਦ ਹੈ। ਹਰ ਭਾਸ਼ਾ ਬੋਲਣ ਵਾਲਾ ਕਹਿੰਦੇ ਮੇਰੀ ਭਾਸ਼ਾ ਰੱਬ ਤੱਕ ਪਹੁੰਚ ਕਰੇਗੀ, ਹਰ ਬਿਨੋਂ ਬੇਨਤੀ ਕਰਨ ਵਾਲਾ ਕਹਿੰਦਾ ਮੇਰੀ ਗੱਲ ਉਹ ਜ਼ਿਆਦਾ ਸੁਣੇਗਾ ਕਿਉਂਕਿ ਮੈਂ ਉਹਦੇ ਜ਼ਿਆਦਾ ਨੇੜੇ ਹਾਂ। ਤੈਨੂੰ ਪਸੰਦ ਕੀ ਹੈ, ਕਿਹੜੀ ਗੱਲ ਤੈਨੂੰ ਪਸੰਦ ਹੈ। ਹੁਣ ਦੋਵਾਂ ਗੱਲਾਂ ਦਾ ਨਿਚੋੜ ਕੱਢਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੇ ਮਨੁੱਖ, ਅਸਲ ਭੇਟਾ ਤੇ ਅਸਲ ਬੋਲ ਇੱਕੋ ਹੀ ਹੈ ਜਿਹੜਾ ਉਹਦੇ ਦਰ ਤੇ ਪ੍ਰਵਾਨ ਹੁੰਦਾ, ਜਿਸ ਕਰਕੇ ਉਹਦੇ ਦਰ ਦੀ ਸੋਝੀ ਹੋਏਗੀ, ਜਿਸ ਕਰਕੇ ਉਹਦੇ ਦਰ ਤੋਂ ਤੈਨੂੰ ਪਿਆਰ ਨਸੀਬ ਹੋਏਗਾ। ਇੰਜ ਕਰ, ਉਹਦੇ ਸੱਚੇ ਨਾਮ ਨੂੰ, ਉਹਦੀ ਸੱਚੀ ਵਡਿਆਈ ਨੂੰ ਵਿਚਾਰ ਤੇ ਆਪਣੇ ਜੀਵਨ ਨੂੰ, ਆਪਣੇ ਉਸ ਵਕਤ ਨੂੰ ਅੰਮ੍ਰਿਤ ਸਮਾਨ ਬਣਾ ਲੈ। ਇਹੀ ਇੱਕੋ ਇੱਕ ਢੰਗ ਹੈ, ਆਪਣੇ ਇਸ ਜੀਵਨ ਦੇ ਵਕਤ ਨੂੰ ਅੰਮ੍ਰਿਤ ਸਮਾਨ ਬਣਾ। ਅੰਮ੍ਰਿਤ ਵੇੜਾ, ਵੇੜਾ ਦਾ ਮਤਲਬ ਹੁੰਦਾ ਵਕਤ, ਇਸ ਵਕਤ ਨੂੰ ਅੰਮ੍ਰਿਤ ਬਣਾ। ਤੇ ਬਣੇਗਾ ਕਿਵੇਂ? ਸੱਚ ਨਾਉ, ਸੱਚੇ ਨਾਮ ਨਾਲ, ਵਡਿਆਈ ਵਿਚਾਰ, ਉਹਦੇ ਕਰਤੇ ਦੀ ਵੱਡੀ ਵਡਿਆਈ ਦੀ ਵਿਚਾਰ ਨਾਲ, ਉਹਦੇ ਗੁਣਾਂ ਨਾਲ ਜੁੜਨ ਕਰਕੇ। ਫਿਰ ਕੀ ਦਾਤ ਪ੍ਰਾਪਤ ਹੋਏਗੀ? ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਰਮੀ ਕਹਿੰਦੇ ਨੇ ਬਖਸ਼ਿਸ਼ ਨੂੰ, ਬਖਸ਼ਿਸ਼ ਦਾ ਸਰੋਪਾ ਮਿਲੇਗਾ ਤੈਨੂੰ ਉਹਦੇ ਦਰ ਤੋਂ। ਕੱਪੜਾ ਕਹਿੰਦੇ ਨੇ ਸਰੋਪਾ, ਵੈਸੇ ਸਰੋਪਾ ਉਹਦਾ ਅਰਥ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਤਨ ਨੂੰ ਢੱਕਣ ਵਾਸਤੇ ਉਹਦੇ ਵਿੱਚ ਹੁੰਦਾ ਸੀ। ਬਾਦਸ਼ਾਹਾਂ ਦੇ ਦਰਬਾਰ ਚ ਜਿਹਨੂੰ ਖਿਲਤ ਸਿਰੋ ਪਾਓ ਮਿਲਦਾ ਸੀ, ਇੱਕ ਦਸਤਾਰ ਮਿਲਣੀ, ਗਲ ਪਹਿਨਣ ਵਾਲਾ ਵੱਡਾ ਚੋਗਾ ਮਿਲਣਾ, ਇਸ ਤਰ੍ਹਾਂ ਕਰਕੇ ਇਹਨੂੰ ਸਿਰੋ ਪਾਓ, ਸਿਰ ਤੋਂ ਪੈਰਾਂ ਤੱਕ ਪਹਿਨਿਆ ਜਾਣ ਵਾਲਾ ਉਹਨੂੰ ਸਿਰੋ ਪਾਓ ਕਹਿੰਦੇ ਸਨ। ਹੁਣ ਤੇ ਮਾਫ ਕਰੋ, ਹੁਣ ਤਾਂ ਸੇਲ ਲੱਗ ਗਈ ਨਾ, ਜਿਹੜਾ ਪੈਸੇ ਦੇਗਾ ਉਹ ਸਰੋਪਾ ਲੈ ਜਾਏਗਾ, ਹੁਣ ਤੇ ਸੇਲ ਹੋ ਗਈ, ਇਹ ਬਿਜ਼ਨਸ ਹੈ। ਇੱਥੇ ਕਿਹੜੇ ਸਰੋਪਾਓ ਦੀ ਗੱਲ ਹੈ? ਕਰਮੀ ਆਵੇ ਕੱਪੜਾ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਬਖਸ਼ਿਸ਼ ਦਾ ਸਰੋਪਾਓ, ਬਖਸ਼ਿਸ਼ ਹੋ ਗਈ, ਇਹੋ ਹੀ ਸਰੋਪਾਓ ਹੈ ਤੇ ਇਹੋ ਹੀ ਨਿਸ਼ਾਨੀ ਹੈ ਵੀ ਤੂੰ ਸਨਮਾਨਿਆ ਗਿਆ, ਇਹੋ ਹੀ ਨਿਸ਼ਾਨੀ ਹੈ ਵੀ ਤੂੰ ਉਸ ਦੇ ਦਰ ਤੋਂ ਸਨਮਾਨਿਆ ਗਿਆ ਹੈ। ਮੈਂ ਕਈ ਵਾਰ ਸੋਚਦਾ ਹਾਂ ਜਦੋਂ ਦੇ ਅਸੀਂ ਇਹਨਾਂ ਚੱਕਰਾਂ ਵਿੱਚ ਪਏ ਹੋਏ ਹਾਂ ਨਾ, ਕਿ ਕਿਹਨੂੰ ਕਿਹੜਾ ਖਿਤਾਬ ਦਿੱਤਾ ਜਾਏ, ਅਸੀਂ ਸਾਰੇ ਆਪਣੀ ਆਪਣੀ ਭੁੱਖ ਵਧਾ ਬੈਠੇ ਹਾਂ। ਜੇ ਅਸੀਂ ਆਪਣੇ ਘਰ ਦੀ ਗੱਲ ਹੀ ਕਰ ਲਈਏ, ਜਿੰਨੇ ਵੀ ਗੁਰੂ ਸਾਹਿਬ ਮਹਾਰਾਜ ਦੇ ਵਕਤ ਸਿੱਖ ਸਨ ਨਾ, ਉਹਨਾਂ ਦੇ ਬਾਬਤ ਇਤਿਹਾਸ ਵਿੱਚ ਇੱਕ ਗੱਲ ਪੜ੍ਹਨ ਵਾਸਤੇ ਮਿਲਦੀ ਏ। ਗੁਰੂ ਸਾਹਿਬ ਨੇ ਜਿਸ ਉਤੇ ਖੁਸ਼ ਹੋਣਾ ਉਹਦਾ ਉਹਨੂੰ ਥਾਪੜਾ ਦੇ ਦੇਣਾ,
ਜਦ ਮਹਾਰਾਜ ਨੇ ਵੇਖਣਾ ਯੋਧਾ ਹੈ, ਯੋਧੇ ਨੂੰ ਸ਼ਸਤਰ ਨਾਲ ਪਿਆਰ ਹੁੰਦਾ, ਆਪਣੀ ਤਲਵਾਰ ਉਹਨੂੰ ਦੇ ਦੇਣੀ। ਕਿਸੇ ਨੂੰ ਮਹਾਰਾਜ ਨੇ ਹੱਥ ਵਾਲਾ ਰੁਮਾਲ ਦੇ ਦੇਣਾ, ਕਿਸੇ ਨੂੰ ਬਾਣੀ ਦੀ ਪੋਥੀ ਦੇ ਦੇਣੀ, ਔਰ ਕਿਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੋਹਣੀ ਦਸਤਾਰ ਦੇ ਦੇਣੀ, ਕਿਸੇ ਨੂੰ ਮਹਾਰਾਜ ਨੇ ਆਪਣੇ ਤੀਰ ਦੀ ਬਖਸ਼ਿਸ਼ ਕਰ ਦੇਣੀ, ਔਰ ਕਿਸੇ ਨੂੰ ਮਹਾਰਾਜ ਨੇ ਉਹਦੇ ਨਾਮ ਦੇ ਨਾਲ ਬੜੇ ਮੁਬਾਰਕ ਸ਼ਬਦ ਜੋੜ ਦੇਣੇ। ਇਹੀ ਗੁਰੂ ਦੇ ਸਿੱਖ ਵਾਸਤੇ ਬਖਸ਼ਿਸ਼ ਹੈ ਇਹੀ। ਔਰ ਇਹ ਨਹੀਂ ਸੀ ਕਹਿੰਦਾ ਵੇਖਿਆ ਮੇਰੀ ਕਮਾਈ ਕਰਕੇ ਮੈਨੂੰ ਗੁਰੂ ਪਾਤਸ਼ਾਹ ਨੇ ਕਿੱਡਾ ਵੱਡਾ ਸਤਿਕਾਰ ਤੇ ਸਨਮਾਨ ਦਿੱਤਾ। ਉਹ ਕਹਿੰਦਾ ਮਹਾਰਾਜ ਤੇਰੀ ਰਹਿਮਤ ਹੋਈ, ਤੂੰ ਮੈਨੂੰ ਇਸ ਯੋਗ ਸਮਝਿਆ, ਤੂੰ ਮੈਨੂੰ ਇਸ ਲਾਇਕ ਸਮਝਿਆ ਵੀ ਮੈਨੂੰ ਤੂੰ ਆਪਣੇ ਦਰ ਤੋਂ ਇਹ ਪਿਆਰ ਦਿੱਤਾ ਹੈ। ਉਹ ਇਹ ਨਹੀਂ ਸੀ ਮੰਨਿਆ ਕਰਦਾ ਵੀ ਮੈਨੂੰ ਗੁਰੂ ਪਾਤਸ਼ਾਹ ਮਹਾਰਾਜ ਨੇ ਮੇਰੀ ਕਮਾਈ ਕਰਕੇ ਸਨਮਾਨ ਦਿੱਤਾ, ਨਹੀਂ ਉਹ ਕਹਿੰਦਾ ਸੀ ਉਹਦੀ ਬਖਸ਼ਿਸ਼ ਹੋਈ, ਉਹ ਟੁੱਟ ਗਿਆ ਮੇਰੇ ਉੱਤੇ ਵੀ ਉਹਨੇ ਕੁਝ ਨਾ ਕੁਝ ਮੈਨੂੰ ਦੇ ਕੇ ਇਸ ਨਾਚੀਜ਼ ਨੂੰ ਮਾਣ ਦੇ ਦਿੱਤਾ, ਆਪਣਾ ਪਿਆਰ ਜਤਾਇਆ ਮੇਰੇ ਉੱਤੇ। ਇਹ ਸੀ ਸਾਡੇ ਉਹਨਾਂ ਪੁਰਾਤਨ ਬਜ਼ੁਰਗਾਂ ਦੇ ਜੀਵਨ ਵਿੱਚ ਵੀ ਉਹ ਕਿਸੇ ਸਤਿਕਾਰ ਨੂੰ ਵੀ ਉਹਦੀ ਰਹਿਮਤ ਸਮਝਦੇ ਸਨ, ਕੋਈ ਸਨਮਾਨ ਵੀ ਮਿਲਦਾ ਤੇ ਉਹ ਸਮਝਦੇ ਸਨ ਇਹਦੀ ਬਖਸ਼ਿਸ਼ ਹੋਈ ਹੈ, ਇਹਦੀ ਕਿਰਪਾ ਹੋਈ, ਮੈਂ ਤਾਂ ਇਹਨੇ ਜੋਗਾ ਨਹੀਂ ਸਾਂ, ਮੇਰੇ ਚ ਕੀ ਹੈ। ਹੁਣ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਬਚਨ ਹੀ ਤੁਸੀਂ ਪੜ੍ਹੋ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਬਿਧ ਤੁਮ ਹਰ ਜਾਣੋ ਆਪੇ, ਵੀ ਮੈਂ ਕਿਹਨੂੰ ਬਣ ਕੇ ਵਿਖਾਵਾਂ ਵੀ ਮੈਂ ਬੜਾ ਵੱਡਾ, ਜੋ ਮੇਰੀ ਅਵਸਥਾ ਹੈ ਨਾ ਉਹ ਤਾਂ ਤੂੰ ਤੇ ਚੰਗੀ ਤਰ੍ਹਾਂ ਜਾਣਦਾ ਹੀ ਹੈ ਨਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਇਹ ਸਿੱਖ ਫਿਲੋਸਫੀ ਦਾ, ਸਿੱਖੀ ਜੀਵਨ ਦਾ ਆਧਾਰ ਹੈ ਇਹ ਬਚਨ ਵੀ ਸਿੱਖ ਕਿਸੇ ਮਾਣ ਸਨਮਾਨ ਵਡਿਆਈ ਪ੍ਰਭਤਾ ਆਦਰ ਰਿਸਪੈਕਟ ਨੂੰ ਵੀ ਉਹਦੀ ਕਿਰਪਾ ਤੇ ਉਹਦੀ ਬਖਸ਼ਿਸ਼ ਸਮਝਦਾ, ਕਿਸੇ ਪ੍ਰਾਪਤੀ ਨੂੰ ਵੀ ਉਹ ਇਹ ਨਹੀਂ ਮੰਨਦਾ ਵੀ ਵੇਖਿਆ ਮੇਰੇ ਚ ਕਿੰਨੀ ਤਾਕਤ ਹੈ, ਵੇਖਿਆ ਮੈਂ ਕੀ ਕਰ ਸਕਦਾ, ਨਾ ਉਹ ਕਿਸੇ ਪ੍ਰਾਪਤੀ ਨੂੰ ਵੀ ਇਹ ਸਮਝਦਾ ਬਸ ਉਹਦੀ ਰਹਿਮਤ ਤੋਂ ਬਿਨਾਂ ਨਹੀਂ ਸੀ ਹੋ ਸਕਦਾ, ਇਹ ਉਹਦੀ ਬਖਸ਼ਿਸ਼ ਹੋ ਗਈ ਹੈ, ਮੈਂ ਕੌਣ ਹਾਂ। ਤੋ ਇਹ ਹੈ ਸਿੱਖੀ ਜੀਵਨ ਦਾ ਸਭ ਤੋਂ ਮੂਲ ਆਧਾਰ ਵੀ ਹਰ ਇੱਕ ਪ੍ਰਾਪਤੀ ਤੇ ਹਰ ਇੱਕ ਦਾਤ ਨੂੰ ਉਹਦੀ ਕਿਰਪਾ ਸਮਝਿਆ ਜਾਂਦਾ, ਉਹਦੀ ਬਖਸ਼ਿਸ਼ ਸਮਝਿਆ ਜਾਂਦਾ। ਤੋ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਵੀ ਜਿਹੜੀ ਬਖਸ਼ਿਸ਼ ਹੋਈ ਨਾ ਤੇਰੇ ਉੱਤੇ, ਜਿਹੜਾ ਉੱਚਾ ਜੀਵਨ ਬਣਿਆ ਤੇਰਾ, ਇਹੋ ਹੀ ਤੇਰਾ ਸਨਮਾਨ ਹੈ, ਇਹੋ ਹੀ ਤੇਰਾ ਸਤਿਕਾਰ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਉਹਦੀ ਨਦਰ ਉਹਦੀ ਰਹਿਮਤ ਦੇ ਨਾਲ ਤੂੰ ਝੂਠ ਤੋਂ ਕੂੜਿਆਰੇ ਜੀਵਨ ਤੋਂ ਮੁਕਤ ਹੋ ਜਾਏਗਾ। ਔਰ ਨਾਨਕ ਇਵੇਂ ਜਾਣੀਐ, ਇਹ ਨਾਨਕ ਇਵੇਂ ਜਾਣਿਆ ਜਾਂਦਾ, ਇਵੇਂ ਸਮਝ ਆਉਂਦੀ ਏ ਫਿਰ ਸਭ ਆਪੇ ਸਚਿਆਰ, ਵੀ ਹਰ ਪਾਸਿਓ ਸਦਾ ਕਾਇਮ ਰਹਿਣ ਵਾਲਾ ਹੀ ਵਰਤ ਰਿਹਾ। ਇਵੇਂ ਸਮਝ ਆਈ, ਇਵੇਂ ਸੋਝੀ ਆਈ ਉਹਦੀ। ਤੋ ਉਸ ਵਕਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅੰਮ੍ਰਿਤ ਸਮਾਨ ਮੰਨਿਆ, ਜਦੋਂ ਅਸੀਂ ਉਹਦੇ ਸੱਚੇ ਨਾਮ ਤੇ ਉਹਦੀ ਵਡਿਆਈ ਦੇ ਨਾਲ ਜੁੜਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਐਸੇ ਹੋਰ ਵੀ ਸ਼ਬਦ ਨੇ, ਨਾਉ ਪ੍ਰਭਾਤ ਹੈ ਸ਼ਬਦ ਧਿਆਈਐ ਸੋਢੋ ਦੁਨੀ ਪ੍ਰੀਤਾ। ਪ੍ਰਭਾਤ ਕਹਿੰਦੇ ਨੇ ਜਦੋਂ ਹਨੇਰਾ ਜਾ ਰਿਹਾ ਹੋਵੇ ਤੇ ਚਾਨਣ ਅਜੇ ਆਇਆ ਨਾ ਹੋਵੇ, ਉਸ ਵਿਚਕਾਰਲੇ ਮੇਲ ਦੇ ਸਮੇਂ ਨੂੰ ਜਿਹਨੂੰ ਸੰਧ ਵੀ ਕਿਹਾ ਜਾਂਦਾ, ਸੰਧਿਆ ਸ਼ਬਦ ਅਸੀਂ ਕਹਿੰਦੇ ਸੰਧਿਆ ਵੇਲੇ ਦਾ ਪਾਠ, ਸੰਧਿਆ ਮਤਲਬ ਹੁੰਦਾ ਸੰਧ ਜੁੜਤ, ਵੀ ਜਿੱਥੇ ਦਿਨ ਜਾ ਰਿਹਾ ਹੋਵੇ ਤੇ ਰਾਤ ਆ ਰਹੀ ਹੋਵੇ ਵਿਚਕਾਰਲਾ ਮੇਲ ਦਾ ਸਮਾਂ ਹੋਵੇ, ਉੱਥੇ ਖਲੋਤਾ ਹੋਇਆ ਸਮਾਂ ਉਹਨੂੰ ਕਿਹਾ ਜਾਂਦਾ ਸੰਧਿਆ ਹੋ ਰਹੀ ਹੈ।
ਇਹ ਸਵੇਰ ਵਾਲੇ ਵੀ ਵਰਤਿਆ ਜਾਂਦਾ, ਕੱਲਾ ਸ਼ਾਮ ਵੇਲੇ ਨਹੀਂ। ਜਦੋਂ ਹਨੇਰਾ ਜਾ ਰਿਹਾ ਤੇ ਅਜੇ ਸੂਰਜ ਚੜਿਆ ਨਹੀਂ, ਉਸ ਵਿਚਕਾਰਲੇ ਟਿਕਾਓ ਵਾਲੇ ਜਿਸ ਵੇਲੇ ਹਰ ਪਾਸੇ ਚਿੱਟੀ ਚਾਦਰ ਪਸਰ ਗਈ ਹੈ, ਉਸ ਵਕਤ ਨੂੰ ਕਿਹਾ ਜਾਂਦਾ ਹੈ ਪ੍ਰਭਾਤ ਹੈ। ਉਸ ਸਮੇਂ ਨੂੰ ਬ੍ਰਹਮ ਮਹੂਰਤ ਨਾਲ ਵੀ ਕਈਆਂ ਨੇ ਯਾਦ ਕੀਤਾ। ਉਸ ਨੂੰ ਸਿੱਖ ਕਲਚਰ ਦੇ ਵਿੱਚ ਅੰਮ੍ਰਿਤ ਵੇਲਾ ਕਿਹਾ ਗਿਆ, ਕਿਉਂਕਿ ਸਿੱਖ ਕਲਚਰ ਸਿੱਖ ਮਰਿਆਦਾ ਇਹ ਮੰਨਦੀ ਹੈ ਵੀ ਐਸ ਵੇਲੇ ਤੁਸੀਂ ਸਤ ਸੰਗਤ ਵਿੱਚ ਜੁੜੋ, ਇਸ ਵੇਲੇ ਆਪਣੇ ਕੰਮ ਕਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਬਾਣੀ ਨੂੰ ਪੜ੍ਹ ਕੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਫਿਰ ਆਪਣੇ ਕੰਮ ਕਾਜ ਸ਼ੁਰੂ ਕਰੋ। ਇਸ ਵਾਸਤੇ ਇਕ ਕਲਚਰਲ ਸ਼ਬਦ ਹੈ, ਧਿਆਨ ਦੇਣਾ ਇਸ ਗੱਲ ਵੱਲ। ਪਰ ਜੇ ਉਸ ਸਮੇਂ ਵਿੱਚ ਵੀ ਜਿਹਨੂੰ ਸਿੱਖ ਮਰਿਆਦਾ ਅੰਮ੍ਰਿਤ ਵੇਲੇ ਦੀ ਸੰਗਿਆ ਦਿੰਦੀ ਹੈ, ਜੇ ਮੈਂ ਉਸ ਵੇਲੇ ਵੀ ਮੰਦੇ ਖਿਆਲਾਂ ਚ ਪਿਆ ਹੋਵਾਂ, ਬੇਈਮਾਨੀ ਕਰਨ ਤੁਰ ਪਵਾਂ, ਠੱਗੀ ਮਾਰਨ ਤੁਰ ਪਵਾਂ, ਤਾਂ ਮੇਰੇ ਲਈ ਉਹ ਵੇਲਾ ਅੰਮ੍ਰਿਤ ਨਹੀਂ ਹੈ, ਯਾਦ ਰੱਖਣਾ, ਕਿਉਂਕਿ ਮੇਰੀ ਵਰਤੋਂ ਮਾੜੀ ਹੈ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਉਸ ਵਕਤ ਨੂੰ ਹੀ ਅੰਮ੍ਰਿਤ ਸਮਾਨ ਮੰਨਦੀ ਹੈ ਜਿਸ ਵੇਲੇ ਅਸੀਂ ਸੱਚ ਨਾਲ ਜੁੜਦੇ ਹਾਂ, ਪਰ ਕਿਉਂਕਿ ਉਸ ਵਿਚਾਰ ਨੂੰ ਕਿਤੇ ਇੰਪਲੀਮੈਂਟ ਕਰਨਾ ਹੁੰਦਾ ਹੈ, ਇਸ ਵਾਸਤੇ ਕੀ ਹੁੰਦਾ ਵੀ ਉਹ ਸ਼ਬਦ ਜਿਹੜੇ ਨੇ ਕਿਸੇ ਮਰਿਆਦਾ ਜਾਂ ਕਲਚਰ ਵਿੱਚ ਜਦੋਂ ਵਰਤਦੇ ਨੇ ਤਾਂ ਕੋਈ ਸਮਾਂ ਜਿਹੜਾ ਨੀਯਤ ਕਰਨਾ ਪੈਂਦਾ। ਜਿਵੇਂ ਅਸੀਂ ਆਪਣੀ ਮਰਿਆਦਾ ਵਿੱਚ ਸਮਾਂ ਨੀਯਤ ਕੀਤਾ ਵੀ ਭਾਈ ਐਸ ਵੇਲੇ ਜਿਹੜਾ ਹੈ ਉਹ ਸੋਦਰ ਦਾ ਪਾਠ ਸਿੱਖ ਕਰਿਆ ਕਰੇ, ਐਸ ਵੇਲੇ ਜਿਹੜਾ, ਹੁਣ ਵੇਖੋ ਛੁੱਟੀ ਦੇ ਦਿੱਤੀ ਹੈ ਨਾ, ਸਵੇਰ ਦੇ ਵਕਤ ਜਦੋਂ ਇਨਸਾਨ ਉੱਠਦਾ ਹੈ ਫਰੈਸ਼ ਹੋਣ ਤੋਂ ਬਾਅਦ, ਉਹ ਫਿਰ ਕੁਝ ਸਮਾਂ ਜਿੰਨਾ ਵੀ ਉਹ ਕੱਢ ਸਕਦਾ ਵੀ ਬਾਣੀ ਜ਼ਰੂਰ ਪੜ੍ਹੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਆਪਣੇ ਕੰਮ ਕਾਰ ਤੇ ਜਾਣ ਤੋਂ ਪਹਿਲਾਂ, ਉਹ ਵਕਤ ਹੁੰਦਾ ਹੈ। ਔਰ ਬਹੁਤੇ ਲੋਕਾਂ ਕੋਲ ਹੁੰਦਾ, ਕਈਆਂ ਕੋਲ ਨਹੀਂ ਵੀ ਹੋ ਸਕਦਾ, ਪਰ ਬਹੁਤਿਆਂ ਕੋਲ ਪੋਸੀਬਿਲਟੀ ਹੁੰਦੀ ਹੈ। ਫਿਰ ਅਸੀਂ ਸੌਣ ਲੱਗੇ, ਸ਼ਾਮ ਦਾ ਵਕਤ ਹੋ ਗਿਆ, ਕੰਮ ਕਾਰ ਤੋਂ ਵਿਹਲੇ ਹੋ ਕੇ ਆ ਗਏ, ਚਲੋ ਥੋੜਾ ਜਿਹਾ ਵਕਤ ਕੱਢ ਲਓ। ਸਾਡੀ ਅਟੈਚਮੈਂਟ, ਸਾਡੀ ਸਾਂਝ ਗੁਰੂ ਦੇ ਉਪਦੇਸ਼ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਬਣੀ ਰਹੇ, ਇਸ ਵਾਸਤੇ ਮਰਿਆਦਾ ਹੁੰਦੀ। ਮਰਿਆਦਾ ਦਾ ਮਤਲਬ ਹੀ ਹੁੰਦਾ ਜਿਸ ਨਿਯਮ ਦੇ ਰਾਹੀਂ ਅਸੀਂ ਗੁਰੂ ਨਾਲ ਜੁੜ ਜਾਈਏ, ਇਹੀ ਮਤਲਬ ਹੁੰਦਾ ਕਿ ਚਲੋ ਸੌਣ ਤੋਂ ਪਹਿਲਾਂ ਭਾਈ ਤੁਸੀਂ ਸੋਹਲੇ ਦਾ ਪਾਠ ਕਰ ਲਿਓ, ਵੀ ਜੇ ਤੁਹਾਨੂੰ ਜ਼ਬਾਨੀ ਯਾਦ ਹੈ ਥੋੜਾ ਵਕਤ ਲੱਗੇਗਾ, ਜੇ ਤੁਸੀਂ ਵੇਖ ਕੇ ਵੀ ਪੜੋਗੇ ਪੰਜ ਸ਼ਬਦ ਨੇ, ਬਹੁਤ ਥੋੜਾ ਵਕਤ ਲੱਗੇਗਾ। ਇੱਕ ਸਿਸਟਮ ਬਣਾ ਲਿਆ, ਇੱਕ ਤਕਨੀਕ ਵਰਤ ਲਈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਗੁਰਮਤ ਦੇ ਉਹਨਾਂ ਅਸੂਲਾਂ ਤੇ ਗੁਰਮਤ ਦੇ ਉਸ ਵਿਚਾਰ ਨੂੰ, ਸਤਿਗੁਰੂ ਦੇ ਉਪਦੇਸ਼ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਉਹਦੇ ਨਾਲ ਸਾਂਝ ਬਣਾਈ ਰੱਖੀਏ। ਇੱਕ ਢੰਗ ਹੈ ਮਰਿਆਦਾ ਦਾ ਮਤਲਬ ਵੀ ਅਸੀਂ ਸਾਨੂੰ ਉਹਨੇ ਖਿੱਚ ਕੇ ਹੌਲੀ ਹੌਲੀ ਗੁਰੂ ਦੇ ਨੇੜੇ ਕਰਨਾ, ਗੁਰੂ ਦੇ ਨੇੜੇ ਕਰਨਾ ਹੈ। ਇਹ ਮਰਿਆਦਾ ਦਾ ਇੱਕ ਸਿਸਟਮ, ਇੱਕ ਰੋਲ ਹੈ, ਇਹ ਉਹਦੀ ਇੱਕ ਡਿਊਟੀ ਹੈ ਮਰਿਆਦਾ ਦੀ ਜਿਹੜੀ ਉਹ ਨਿਭਾਉਂਦੀ ਹੈ। ਜਿਹੜਾ ਉਹਨੂੰ ਫਾਲੋ ਕਰਦਾ ਫਿਰ ਉਹ ਹੌਲੀ ਹੌਲੀ ਇਸ ਰਾਹ ਦੇ ਉੱਤੇ ਤੁਰ ਪੈਂਦਾ। ਜੇ ਅਸੀਂ ਮਰਿਆਦਾ ਨੂੰ ਇਸ ਰੂਪ ਵਿੱਚ ਵੇਖੀਏ ਤੇ ਗੱਲ ਹੋਰ ਹੈ। ਉਹ ਦੂਸਰਾ ਇੱਕ ਪੱਖ ਹੋਰ ਵੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਸ਼ਬਦ ਵਰਤਦੇ ਹਨ, ਨਾਉ ਪ੍ਰਭਾਤ ਹੈ ਸ਼ਬਦ ਧਿਆਈ ਹੈ ਛੋਡੋ ਦੁਨੀ ਪਰੀਤਾ। ਹੁਣ ਇੱਥੇ ਜਿਹੜਾ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਰਤਿਆ, ਝਾਲਾ ਅੱਗੇ, ਝਾਲਾ ਕਹਿੰਦੇ ਨੇ ਚਾਨਣ ਨੂੰ, ਚਾਨਣ ਤੋਂ ਪਹਿਲਾਂ ਦਾ ਸਮਾਂ, ਭਾਵ ਸੂਰਜ ਚੜ੍ਹਨ ਤੋਂ ਪਹਿਲਾਂ ਦੇ ਸਮੇਂ ਨੂੰ ਝਾਲਾਗਾ ਕਹਿੰਦੇ ਨੇ। ਪਰ ਇੱਥੇ ਕੱਲੀ ਗੱਲ ਉਸ ਵਕਤ ਦੀ ਹੀ ਨਹੀਂ ਕੀਤੀ, ਅੱਗੇ ਜਾ ਕੇ ਕਹਿ ਦਿੱਤਾ ਝਾਲਾਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ, ਦਿਨੇ ਵੀ ਆਰਾਧ ਰਾਤ ਵੀ ਯਾਦ ਕਰ।
ਭਾਵ ਹਰ ਵੇਲੇ ਹੀ ਚੇਤੇ ਕਰ, ਸਵੇਰੇ ਦਿਨੇ ਰਾਤ ਹਰ ਘੜੀ ਹਰ ਪਲ। ਜਿੱਥੇ ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ। ਜਿੱਥੇ ਗੁਰੂ ਪਾਤਸ਼ਾਹ ਸਾਸ ਗਿਰਾਸ ਦੀ ਗੱਲ ਕਰਦੇ ਨੇ, ਸਾਹ ਲੈਂਦੇ ਆ ਤੇ ਖਾਂਦੇ ਆ, ਗਿਰਾਸ ਦਾ ਮਤਲਬ ਹੁੰਦਾ ਖਾਂਦੇ ਆ ਵੀ ਤੇ ਸਾਹ ਲੈਂਦੇ ਆ ਵੀ, ਤੂੰ ਉਸ ਨੂੰ ਚੇਤੇ ਵਿਚ ਰੱਖ। ਹੁਣ ਸਤਿਗੁਰੂ ਮਹਾਰਾਜ ਨੇ ਇਹ ਬੜੀ ਕਾਮਨ ਜਿਹੀ ਗੱਲ ਭਾਵੇਂ ਸਮੇਂ ਦੀ ਗੱਲ ਕਰਕੇ ਵਿੱਚ ਕਹੀ ਹੈ, ਪਰ ਇਹਦਾ ਭਾਵ ਹੈ ਵੀ ਹਰ ਵਕਤ ਹੀ ਉਹਨੂੰ ਚੇਤੇ ਵਿੱਚ ਰੱਖ। ਹਰ ਵਕਤ ਕਿਵੇਂ ਹਰ ਵਕਤ ਚੇਤੇ ਵਿੱਚ ਰੱਖਿਆ ਜਾਏ? ਹੁਣ ਮੁਆਫ ਕਰਨਾ, ਜਿਹੜੇ ਨਿਯਮ ਅਸੀਂ ਵਰਤਦੇ ਹਾਂ ਉਹ ਨਿਯਮ ਕੇਵਲ ਸਾਨੂੰ ਨੇੜੇ ਕਰਨ ਵਾਸਤੇ ਹੁੰਦੇ ਨੇ, ਧਿਆਨ ਦੇਣਾ। ਜਿਵੇਂ ਮਰਿਆਦਾ ਵਿੱਚ ਲਿਖਿਆ ਵੀ ਸਿੱਖ ਅੰਮ੍ਰਿਤ ਵੇਲੇ ਜਾ ਕੇ ਪਹਿਰ ਰਾਤ ਰਹਿੰਦੀ, ਯਾਨੀ ਕਿ ਜੇ ਉਹਦੇ ਕੋਲ ਫੁਰਸਤ ਹੈ ਤੇ ਉਸ ਵਕਤ ਵਿੱਚ ਉਹ ਸਮੇਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇ। ਸਮਾਂ ਚੁਣ ਲਿਆ ਵੀ ਅਜੇ ਦਿਨ ਦੀ ਸ਼ੁਰੂਆਤ ਹੋਈ ਨਹੀਂ, ਸੌਂ ਕੇ ਉੱਠਿਆ ਹੋਇਆ, ਜੇ ਉਹ ਥੋੜਾ ਵਕਤ ਗੁਰੂ ਦੀ ਬਾਣੀ ਵਾਸਤੇ ਕੱਢੇਗਾ ਤਾਂ ਉਸ ਬਾਣੀ ਦਾ ਮੈਸੇਜ ਬੜੀ ਛੇਤੀ ਉਹ ਅਕਸੈਪਟ ਕਰ ਸਕਦਾ, ਕਿਉਂਕਿ ਉਸ ਵੇਲੇ ਮਨੁੱਖ ਦਾ ਦਿਮਾਗ, ਮਨੁੱਖ ਦੀ ਬੁੱਧੀ, ਮਨੁੱਖ ਦਾ ਮਨ ਇੱਕ ਬੜੇ ਟਿਕਾਅ ਵਿੱਚ ਵਿਚਰਿਆ ਹੋਇਆ। ਮਾਹੌਲ ਦਾ ਮਨੁੱਖ ਦੇ ਮਨ ਉੱਤੇ ਬੜਾ ਅਸਰ ਪੈਂਦਾ, ਬੜਾ ਅਸਰ ਪੈਂਦਾ। ਇਸ ਵਾਸਤੇ ਇੱਕ ਤਕਨੀਕ ਦੇ ਦਿੱਤੀ, ਇੱਕ ਢੰਗ ਦੇ ਦਿੱਤਾ। ਹੁਣ ਜਿਹੜੀ ਬੇਨਤੀ ਮੈਂ ਕਰਨ ਜਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਇਹ ਗੱਲ ਕਹਿੰਦੀ ਵੀ ਹਰ ਵੇਲੇ ਜਪੋ। ਹੁਣ ਹਰ ਵੇਲੇ ਦਾ ਮਤਲਬ ਇਹ ਹੁੰਦਾ ਵੀ ਉਹਦੇ ਨਾਲ ਜੁੜੇ ਰਹੋ, ਉਹਦੇ ਤੋਂ ਦੂਰੀ ਨਾ ਬਣਾ ਕੇ ਰੱਖੋ। ਜਦੋਂ ਹੀ ਮੈਂ ਗੁਰੂ ਦੇ ਉਪਦੇਸ਼ ਤੋਂ ਦੂਰੀ ਬਣਾ ਲਈ ਉਸ ਵੇਲੇ ਮੈਂ ਮੇਰੇ ਜੀਵਨ ਵਿੱਚ ਉਹ ਸਾਰੀਆਂ ਗੱਲਾਂ ਆਉਣਗੀਆਂ ਜਿਨ੍ਹਾਂ ਗੱਲਾਂ ਤੋਂ ਗੁਰੂ ਸਾਹਿਬ ਦੀ ਬਾਣੀ ਰੋਕਦੀ ਹੈ। ਤੇ ਜੇ ਮੇਰੀ ਨੇੜਤਾ ਬਣੀ ਰਹੀ ਨਾ ਗੁਰੂ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ, ਵੀ ਭਾਵੇਂ ਮੈਂ ਬਾਣੀ ਪੜ੍ਹ ਕੇ ਬਣਾ ਲਵਾਂ, ਸੁਣ ਕੇ ਬਣਾ ਲਵਾਂ, ਗੁਰੂ ਦੀ ਸੰਗਤ ਵਿੱਚ ਬੈਠ ਕੇ ਨੇੜਤਾ ਜਿਸ ਨੇੜਤਾ ਬਣੀ ਰਹੇ ਗੁਰੂ ਨਾਲ, ਉਹਨਾਂ ਚਿਰ ਫਿਰ ਮੈਂ ਉਹਦੀ ਭੈ ਭਾਵਨੀ ਚ ਵਿਚਰਦਾ ਤੇ ਉਹਦੇ ਹਰ ਉਪਦੇਸ਼ ਦਾ ਪ੍ਰਭਾਵ ਮੇਰੇ ਜੀਵਨ ਉੱਤੇ ਬਣਿਆ ਰਹਿੰਦਾ। ਗੱਲ ਹੈ ਨੇੜਤਾ ਦੀ, ਵੀ ਹਰ ਵੇਲੇ ਤੂੰ ਗੁਰੂ ਦੇ ਕੋਲ ਹੈ, ਗੁਰੂ ਦੀ ਹਜ਼ੂਰੀ ਚ ਵਿਚਰਦਾ, ਗੁਰੂ ਦੇ ਪਿਆਰ ਉਪਦੇਸ਼ ਦੀ ਸਾਂਝ ਨੂੰ ਤੂੰ ਮਾਣਦਾ ਹੈ। ਤੂੰ ਮਹਾਰਾਜ ਕਹਿੰਦੇ ਇਹਦਾ ਨਤੀਜਾ ਕੀ ਨਿਕਲੇਗਾ? ਨਿਸ ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪਈ। ਕਾਰਾ ਕਹਿੰਦੇ ਨੇ ਚਿੰਤਾ ਨੂੰ, ਕਾੜਾ ਚਿੰਤਾ, ਝੋਰਾ ਕਹਿੰਦੇ ਨੇ ਤੇਰੇ ਮਨ ਨੂੰ ਚਿੰਤਾ ਦਾ, ਝੋਰੇ ਦਾ ਰੋਗ ਨਹੀਂ ਲੱਗੇਗਾ। ਚਿੰਤਾ ਮਤਲਬ ਹੁੰਦਾ ਵੀ ਜੋ ਵਾਪਰਿਆ ਨਹੀਂ ਉਹਦੇ ਬਾਰੇ ਸੋਚ ਸੋਚ ਕੇ ਪਰੇਸ਼ਾਨ ਹੁੰਦੇ ਰਹਿਣਾ, ਜੋ ਨਹੀਂ ਵਾਪਰਿਆ ਇਹ ਸੋਚ ਕੇ ਵੀ ਕਿਤੇ ਇਸ ਤਰ੍ਹਾਂ ਨਾ ਵਾਪਰ ਜਾਏ, ਉਸ ਬਾਰੇ ਮਨੁੱਖ ਅਗਾਊਂ ਹੀ ਚਿੰਤਾ ਕਰਦਾ ਰਹਿੰਦਾ। ਚਿੰਤਾ ਹੁੰਦੀ ਉਸੇ ਚੀਜ਼ ਦੀ ਹੈ ਜਿਹੜੀ ਸਾਡੇ ਕੋਲ ਹੋਵੇ ਤੇ ਜਿਹਦੇ ਗਵਾਚ ਜਾਣ ਦਾ ਡਰ ਹੋਵੇ, ਇਹ ਕਿਤੇ ਚੱਲੀ ਨਾ ਜਾਏ, ਗਵਾਚ ਨਾ ਜਾਏ, ਖੁਸ ਨਾ ਜਾਏ, ਨਾਸ਼ ਨਾ ਹੋਵੇ, ਇੱਕ ਡਰ ਇੱਕ ਚਿੰਤਾ ਅੰਦਰ ਬਣੀ ਰਹੀ। ਪਰ ਹੁਣ ਤੁਸੀਂ ਗੌਰ ਕਰਨਾ ਇਸ ਗੱਲ ਵੱਲ ਵੀ ਅਗਰ ਕਿਸੇ ਚੀਜ਼ ਨੇ ਸਾਡੇ ਹੱਥੋਂ ਨਿਕਲ ਜਾਣਾ ਤਾਂ ਨਿਕਲ ਹੀ ਜਾਣਾ, ਚਿੰਤਾ ਉਹਨੂੰ ਰੋਕ ਤੇ ਨਹੀਂ ਨਾ ਸਕਦੀ। ਪਰ ਕਿਉਂਕਿ ਮਨੁੱਖੀ ਮਨ ਹੈ, ਅਗਾਊਂ ਪਹਿਲਾਂ ਹੀ ਚਿੰਤਾ ਕਰਦਾ। ਹੁਣ ਇਸੇ ਕਰਕੇ ਗੁਰੂ ਨੇ ਬਾਣੀ ਦੇ ਵਿੱਚ ਆਖਿਆ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ।
ਸਤਿਗੁਰਾਂ ਨੇ ਆਖਿਆ ਨਾ ਕਰ। ਚਿੰਤਾ ਗ੍ਰਸਤ ਬੰਦਾ ਜਾਂ ਤਾਂ ਬਿਮਾਰ ਹੋਏਗਾ ਤੇ ਜਾਂ ਫਿਰ ਚਿੰਤਾ ਦੇ ਵਿੱਚ ਪਏ ਕਿ ਉਹ ਗਲਤ ਹੱਥ ਕੰਡਾ ਅਪਣਾਏਗਾ ਕਿਸੇ ਚੀਜ਼ ਨੂੰ ਫੜੀ ਰੱਖਣ ਵਾਸਤੇ, ਬੰਨੀ ਰੱਖਣ ਵਾਸਤੇ, ਕੰਟਰੋਲ ਰੱਖਣ ਵਾਸਤੇ, ਕਾਬੂ ਚ ਰੱਖਣ ਵਾਸਤੇ। ਹੈ ਤਾਂ ਦੋਵੇਂ ਬਿਮਾਰੀਆਂ ਨਾ, ਇੱਕ ਬਿਮਾਰੀ ਸਮਾਜਿਕ ਬਣ ਜਾਂਦੀ, ਇੱਕ ਬਿਮਾਰੀ ਨਿੱਜੀ ਬਣ ਜਾਂਦੀ ਹੈ। ਜੇ ਡਿਪਰੈਸ਼ਨ ਚ ਚਲਿਆ ਗਿਆ ਨਿੱਜੀ ਬਿਮਾਰੀ ਹੈ, ਪਰਿਵਾਰ ਪਰੇਸ਼ਾਨ ਹੋਏਗਾ। ਜੇ ਚਿੰਤਾ ਚ ਆ ਕੇ ਗਲਤ ਰਾਹ ਤੇ ਤੁਰ ਪਿਆ ਤਾਂ ਸਮਾਜ ਲਈ ਪਰੇਸ਼ਾਨੀ ਬਣੇਗਾ। ਹੈ ਤਾਂ ਰੋਗ ਹੀ, ਇੱਕ ਨਿੱਜੀ ਹੈ, ਇੱਕ ਸਮਾਜਿਕ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਰਾ ਤੁਜੇ ਨਾ, ਦੂਜਾ ਹੈ ਝੋਰਾ, ਝੋਰਾ ਕਰਦੇ ਰਹਿਣਾ, ਤਰਸਦੇ ਰਹਿਣਾ ਹਰ ਵੇਲੇ, ਮਨੁੱਖ ਦੇ ਮਨ ਅੰਦਰ ਇੱਕ ਤਰਸੇਵਾਂ ਹੀ ਲੱਗਾ ਰਹਿਣਾ, ਇਹ ਹੈ ਹੀ ਕੱਖ ਨਹੀਂ, ਹੋ ਹੀ ਨਹੀਂ ਸਕਦਾ। ਇਸ ਕਹਿੰਦੀ ਕਲਾ ਵਿੱਚ ਵਿਚਰਦੇ ਹੋਏ ਮਨੁੱਖ ਨੂੰ ਹੁਣ ਕਹਿੰਦੇ ਨੇ ਚਿੰਤਾ ਤੇ ਝੋਰਾ ਦੋਵੇਂ ਹੀ ਇਹ ਸਾਂਝੇ ਰੋਗ ਜਿਹੜੇ ਹਨ, ਇਹ ਮਨੁੱਖ ਤੇਰੇ ਮਨ ਨੂੰ ਨਹੀਂ ਲੱਗਣਗੇ। ਕਾਰਾ ਤੁਜੇ ਨਾ ਵਿਆਪਈ ਨਾਨਕ, ਮਿਟੈ ਉਪਾਦ। ਉਪਾਦ ਦਾ ਅਰਥ ਹੁੰਦਾ ਹੈ ਝਗੜਾਲੂ ਸੁਭਾਅ, ਕੁਰਖਤ ਸੁਭਾਅ, ਕੌੜਾ ਸੁਭਾਅ, ਮੰਦਾ ਵਿਹਾਰ, ਖਰਵੇ ਢੰਗ ਨਾਲ ਪੇਸ਼ ਆਉਣਾ, ਹਮੇਸ਼ਾ ਮਨ ਦੇ ਅੰਦਰ ਜ਼ਹਿਰ ਪਾਲੀ ਰੱਖਣਾ ਤੇ ਫਿਰ ਵਿਹਾਰ ਵੀ ਕੁੜੱਤਣ ਵਾਲਾ ਹੀ ਕਰਨਾ। ਉਹ ਵਿਹਾਰ ਕਰਨਾ ਜਿਹੜਾ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਝਗੜੇ ਵਾਲਾ, ਉਪਾਦ ਵਾਲਾ, ਕਲੇਸ਼ ਵਾਲਾ, ਇਹੋ ਜਿਹਾ ਜਿਹੜਾ ਸੁਭਾਅ ਹੈ ਉਹਨੂੰ ਉਪਾਦ ਕਹਿੰਦੇ ਨੇ। ਇਸ ਚੀਜ਼ ਤੋਂ ਬਾਹਰ ਆ ਜਾਣਾ, ਪਰ ਮੁਆਫ ਕਰਨਾ ਕੋਈ ਜ਼ਰੂਰੀ ਨਹੀਂ। ਬੰਦਾ ਜ਼ਬਾਨ ਤੋਂ ਗੱਲ ਮਿੱਠੀ ਕਰੇ, ਕਈ ਵਾਰ ਬੰਦੇ ਦੇ ਅੰਦਰ ਗੱਲ ਹੋਰ ਹੁੰਦੀ, ਜ਼ਬਾਨ ਤੋਂ ਮਿੱਠੀ ਗੱਲ ਕਹਿੰਦਾ ਵੀ ਮੈਂ ਬੁਰਾ ਨਾ ਲੱਗਾ ਕਿਸੇ ਨੂੰ, ਪਰ ਗੱਲ ਉਹ ਮਿੱਠੇ ਢੰਗ ਨਾਲ ਵੀ ਏਡੀ ਜ਼ਹਿਰੀਲੀ ਕਰ ਜਾਂਦਾ ਕਿ ਕਈਆਂ ਨੂੰ ਤਬਾਹ ਕਰ ਜਾਂਦਾ। ਇਸੇ ਨੂੰ ਕਹਿਣਾ ਸੀਸ ਨਵਾਏ ਕਿਆ ਥੀ ਜਰ ਇਹਦੇ ਕੁਸ਼ੁੱਧੇ ਜਾਏ। ਤੂੰ ਇਹ ਗੱਲ ਸਮਝ ਲੈਣੀ, ਮਿੱਠੇ ਬਚਨ ਤੇ ਕੌੜੇ ਬਚਨ ਦਾ ਫਰਕ ਕੀ ਹੈ। ਮਿੱਠਾ ਬਚਨ ਉਹ ਹੈ ਜਿਹੜਾ ਜੀਵਨ ਨੂੰ ਸਕੂਨ ਦੇਵੇ, ਤੇ ਕੌੜਾ ਬਚਨ ਉਹ ਹੈ ਜਿਹੜਾ ਜੀਵਨ ਨੂੰ ਤਬਾਹ ਕਰੇ, ਪੁੱਠੇ ਰਾਹ ਤੇ ਪਾ ਦੇ, ਬੇਚੈਨ ਕਰਦਾ, ਭਾਵੇਂ ਉਹ ਬੋਲਿਆ ਬਹੁਤ ਹੀ ਸਰਲ ਢੰਗ ਨਾਲ ਤੇ ਮਿੱਠੇ ਢੰਗ ਨਾਲ ਗਿਆ ਹੋਵੇ। ਕੌੜੇ ਤੇ ਮਿੱਠੇ ਦਾ ਫਰਕ ਸਮਝਣਾ। ਬੱਚੇ ਨੂੰ ਕੌੜੀ ਜਦੋਂ ਦਵਾਈ ਦਿੱਤੀ ਜਾਏ ਨਾ ਕੋਈ, ਤੇ ਉਹਨੂੰ ਕੌੜੀ ਲੱਗੇ, ਉਹ ਕਹਿੰਦਾ ਕੌੜੀ ਹੈ। ਅਸੀਂ ਕਹਿੰਦੇ ਨਹੀਂ ਨਹੀਂ ਮਿੱਠੀ ਹੈ। ਕਿਉਂ ਮਿੱਠੀ ਹੈ? ਕਿਉਂਕਿ ਉਹਦਾ ਰਿਐਕਸ਼ਨ ਮਿੱਠਾ ਹੈ। ਬਾਣੀ ਨੇ ਕਿਹਾ ਨਾ ਮਿੱਠਾ ਸੋ ਜੇ ਭਾਵਦਾ, ਜਿਹੜਾ ਤੁਹਾਨੂੰ ਮੁਆਫਕ ਬੈਠ ਗਿਆ ਨਾ ਮਿੱਠਾ ਉਹ ਹੈ, ਜਿਹੜਾ ਮੁਆਫਕ ਨਹੀਂ ਨਾ ਬੈਠਿਆ ਉਹ ਭਾਵੇਂ ਜ਼ਬਾਨ ਨੂੰ ਮਿੱਠਾ ਲੱਗੇ ਪਰ ਸਮਝੋ ਜ਼ਹਿਰ ਹੈ। ਜਿਵੇਂ ਸ਼ੂਗਰ ਦੇ ਮਰੀਜ਼ ਨੂੰ ਡਾਕਟਰ ਨੇ ਆਖਿਆ ਵੀ ਮਿੱਠਾ ਨਾ ਖਾਈ, ਭੁੱਲ ਕੇ ਵੀ ਕਹਿੰਦਾ ਜੀ ਜ਼ਬਾਨ ਨੂੰ ਚੰਗਾ ਲੱਗਦਾ, ਗਾਏ ਬਗਾਏ ਖਾਲ, ਕਹਿੰਦਾ ਨਹੀਂ ਜ਼ਹਿਰ ਹੈ ਤੇਰੇ ਲਈ, ਜ਼ਬਾਨ ਨੂੰ ਚੰਗਾ ਲੱਗਦਾ ਉਹਨੂੰ ਛੱਡ, ਪਰ ਤੇਰਾ ਨਾਸ਼ ਕਰੇਗਾ ਇਹ ਨਾ ਖਾਈ, ਜ਼ਹਿਰ ਹੈ ਤੇਰੇ ਲਈ ਮਿੱਠਾ। ਹੁਣ ਉਹ ਮਿੱਠਾ ਜਿਹੜਾ ਸਾਰਿਆਂ ਨੂੰ ਚੰਗਾ ਲੱਗਦਾ ਉਹਨੂੰ ਵੀ ਚੰਗਾ ਲੱਗਦਾ, ਉਹਦੀ ਜ਼ਬਾਨ ਨੂੰ ਵੀ ਚੰਗਾ ਲੱਗਦਾ, ਪਰ ਹੈ ਜ਼ਹਿਰ ਕਿਉਂਕਿ ਮੁਆਫਕ ਨਹੀਂ। ਮਿੱਠਾ ਸੋ ਜੇ ਭਾਵਦਾ, ਜਿਹੜਾ ਸਾਨੂੰ ਮੁਆਫਕ ਹੈ, ਫਾਇਦਾ ਕਰਦਾ ਹੈ ਮਿੱਠਾ ਉਹ ਹੈ। ਸੱਜਣ ਸੋ ਜੇ ਰਾਸ, ਮਿੱਤਰ ਉਹ ਹੈ ਜਿਹੜਾ ਸਾਨੂੰ ਰਾਸ ਆ ਗਿਆ। ਜਿਹੜਾ ਰਾਸ ਨਹੀਂ ਨਾ ਆਇਆ ਉਹਨੂੰ ਲੱਖ ਮਿੱਤਰ ਕਹੀ ਜਾਓ, ਉਹ ਦੁਸ਼ਮਣਾਂ ਨਾਲੋਂ ਵੀ ਬੱਤਰ ਹੋ ਜਾਂਦਾ। ਸਤਿਗੁਰੂ ਮਹਾਰਾਜ ਬਾਣੀ ਵਿੱਚ ਆਖਦੇ ਨੇ ਹੇ ਭਾਈ ਨਾਨਕ ਮਿਟੈ ਉਪਾਦ, ਉਹਨਾਂ ਦਾ ਇਹ ਕੁਰਖਤ ਕੌੜਾ ਸੁਭਾਅ ਮਿਟ ਜਾਂਦਾ ਹੈ। ਪੌੜੀ ਵਿੱਚ ਆਖਦੇ ਨੇ ਝੱਜਾ ਝੂਰਨ ਮਿਟੈ ਤੁਮਾਰੋ। ਝੱਜਾ ਸ਼ਬਦ ਦੀ ਵਰਤੋਂ ਕਰਦੇ ਆ ਵੀ ਹੇ ਭਾਈ ਤੁਹਾਡੇ ਅੰਦਰ ਦਾ ਝੋਰਾ ਮਿਟ ਜਾਏਗਾ। ਕਿਵੇਂ? ਰਾਮ ਨਾਮ ਸੰਗ ਕਰ ਵਿਓਹਾਰੋ।
ਜੇ ਤੁਸੀਂ ਅਕਾਲ ਪੁਰਖ ਦੇ ਗੁਣਾਂ ਦੇ ਵਪਾਰੀ ਬਣ ਜਾਓ। ਵਪਾਰੀ ਕੀ ਕਰਦਾ, ਇਧਰੋਂ ਸਮਾਨ ਖਰੀਦਦਾ, ਨਫਾ ਕੱਢਦਾ ਤੇ ਇਧਰ ਵੇਚ ਦਿੰਦਾ। ਵਪਾਰੀ ਦਾ ਹੀ ਕੰਮ ਹੁੰਦਾ ਹੈ ਨਾ, ਬਿਜ਼ਨਸ ਮਾਈਂਡਡ ਬੰਦਾ ਇਵੇਂ ਹੀ ਕਰਦਾ ਹੈ ਨਾ। ਉਹ ਵੇਖਦਾ ਵੀ ਇਥੋਂ ਚੀਜ਼ ਲਓ ਸੌਖੀ ਮਿਲਦੀ ਹੈ, ਉਹਦੇ ਇੱਥੇ ਜਾ ਕੇ ਵੇਚ ਦਿਓ ਤੇ ਵਿੱਚੋਂ ਉਹਦੇ ਨਫਾ ਕੱਢ ਲਓ। ਵਪਾਰੀ ਦਾ ਇਹੀ ਕੰਮ ਹੈ, ਇਹੀ ਦ੍ਰਿਸ਼ਟੀਕੋਣ ਤੇ ਇਹੀ ਉਹਦਾ ਢੰਗ ਤਰੀਕਾ ਹੈ ਨਾ ਕੰਮ ਕਰਨ ਦਾ। ਹੁਣ ਜਦੋਂ ਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਰੱਬੀ ਨਾਮ ਦਾ ਵਪਾਰ ਕਰ, ਤੇ ਉਹਦਾ ਮਤਲਬ ਕੀ ਹੈ ਕਿ ਗੁਣ ਸਿੱਖ ਉਹਦਾ ਲਾਭ ਲੈ ਤੇ ਗਾਂ ਵੀ ਵੰਡ, ਵਪਾਰੀ ਬਣ। ਰੱਬੀ ਨਾਮ, ਰੱਬੀ ਗੁਣ ਸਿੱਖ ਚੰਗਿਆਈ ਨੂੰ ਧਾਰਨ ਕਰ, ਉਹਨੂੰ ਆਪ ਜੀ ਕੇ ਵੀ ਸੁਖ ਲੈ ਤੇ ਉਹਨਾਂ ਗੁਣਾਂ ਨੂੰ ਅੱਗੇ ਵੀ ਵੰਡ, ਤਾਂ ਕਿ ਉਹਦੇ ਚੋਂ ਹੋਰ ਵੀ ਕੋਈ ਫਾਇਦਾ ਗਾਂ ਕੱਢ ਸਕੇ, ਉਹ ਹੋਰ ਵੀ ਕਿਸੇ ਦੇ ਕੰਮ ਆ ਸਕੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਝੂਰਤ ਝੂਰਤ ਸਾਕਤ ਮੂਆ ਜਾ ਕੇ ਰਿਦੈ ਹੋ ਰਿਦੈ ਹੋਤ ਭਾਉ ਵੀ ਆ। ਝੂਰਾ ਕਰਦਿਆਂ ਕਰਦਿਆਂ ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਝੋਰਿਆਂ ਚ ਹੀ ਮਰ ਜਾਂਦਾ, ਚਿੰਤਾਵਾਂ ਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ, ਕਿਉਂਕਿ ਜਾ ਕੇ ਹਿਰਦੇ ਹੋਤ, ਜਿਨ੍ਹਾਂ ਦੇ ਹਿਰਦੇ ਵਿਚ ਹੋਤ ਭਾਉ ਦੂਜੇ ਪਾਸੇ ਦਾ ਪਿਆਰ ਹੈ, ਯਾਨੀ ਕਿ ਜਿਹਨੂੰ ਅਸੀਂ ਕਹਿੰਦੇ ਔਗਣਾਂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਵਿਕਾਰਾਂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਇਕ ਅਕਾਲ ਪੁਰਖ ਤੋਂ ਬਿਨਾਂ ਹੋਰ ਆਰਜੀ ਹਸਤੀਆਂ ਨਾਲ ਪਿਆਰ ਹੈ। ਤੋ ਪਾਤਸ਼ਾਹ ਕਹਿੰਦੇ ਨੇ ਝਰੈ ਕਸੰਮਲ ਪਾਪ ਤੇਰੇ ਮਨੁਆ, ਤੇਰੇ ਮਨ ਵਿਚੋਂ ਪਾਪ ਤੇ ਔਗਣ ਜਿਹੜੇ ਹਨ, ਕਿਲਵਿਖ ਜਿਹੜੇ ਹਨ, ਉਹ ਝੜ ਜਾਣਗੇ, ਮਨੋ ਹੀ ਛੁੱਟ ਜਾਣਗੇ, ਵੀ ਤੇਰੇ ਮਨੋ ਇਹ ਚੀਜ਼ ਛੁੱਟ ਜਾਏਗੀ। ਔਰ ਆਖਦੇ ਨੇ ਅੰਮ੍ਰਿਤ ਕਥਾ ਸੰਤ ਸੰਗ ਸੁਣਵਾ, ਜਦੋਂ ਤੂੰ ਅਕਾਲ ਪੁਰਖ ਦੀ ਮਿੱਠੀ ਰਸ ਵਾਲੀ ਸਵਾਦ ਸਵਾਦਲੀ ਗੱਲ, ਅਕਾਲ ਪੁਰਖ ਦੇ ਗੁਣਾਂ ਦੀ, ਉਹਦੀ ਸਿਫਤੋ ਸਲਾਹ ਦੀ ਕਥਾ ਵਿਚਾਰ ਜਦੋਂ ਤੂੰ ਗੁਰੂ ਦੀ ਸੰਗਤ ਵਿਚ ਬੈਠ ਕੇ ਸਤਸੰਗੀ ਬਣ ਕੇ ਸੁਣੇਗਾ। ਪਾਤਸ਼ਾਹ ਕਹਿੰਦੇ ਨੇ ਝਰੈ ਕਾਮ ਕ੍ਰੋਧ ਦੁਸ਼ਟਾਈ, ਤੇਰੇ ਅੰਦਰੋਂ ਕਾਮ ਦੀ ਵਾਸ਼ਨਾ ਮੁੱਕ ਜਾਏਗੀ। ਭਾਵ ਜਿੱਥੇ ਇਹ ਪੋਸੀਬਿਲਟੀ ਹੁੰਦੀ ਹੈ ਨਾ, ਇਹ ਸੰਭਵ ਹੁੰਦੀ ਹੈ ਗੱਲ, ਵੀ ਇੱਥੇ ਜਾ ਕੇ ਬੰਦਾ ਆਪਣੇ ਕਰੈਕਟਰ ਤੋਂ ਡਿੱਗ ਸਕਦਾ, ਉਹਨੂੰ ਕਾਮ ਕਿਹਾ ਜਾਂਦਾ। ਉਹਨੂੰ ਵੈਸੇ ਕਾਮ ਤੋਂ ਬਿਨਾਂ ਤਾਂ ਗ੍ਰਸਤ ਚੱਲਦਾ ਨਹੀਂ, ਪਰ ਇੱਥੇ ਜਦੋਂ ਕਾਮ ਨੂੰ ਵਿਕਾਰ ਕਿਹਾ ਨਾ ਬਾਣੀ ਨੇ, ਉਦੋਂ ਕਿਹਾ ਜਦੋਂ ਮਨੁੱਖ ਆਪਣੇ ਜੀਵਨ ਦੀ ਮਰਿਆਦਾ ਨੂੰ ਉਲੰਘਦਾ ਹੈ, ਵਿਕਾਰੀ ਬਣਦਾ ਹੈ, ਤੇ ਉਸ ਚਸਕੇ ਦੇ ਅਧੀਨ ਆਪਣੇ ਰਿਸ਼ਤੇ, ਆਪਣੇ ਜੀਵਨ ਦਾ ਦੀ ਪਵਿੱਤਰਤਾ, ਆਪਣਾ ਕਿਰਦਾਰ, ਆਪਣਾ ਕਰੈਕਟਰ ਸਭ ਦਾ ਤੇ ਲਾ ਦਿੰਦਾ, ਉਹ ਕੰਮ ਹੀ ਹੋ ਜਾਂਦਾ, ਰੋਗੀ ਹੋ ਜਾਂਦਾ, ਵਿਕਾਰੀ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਕ੍ਰੋਧ ਕਾਮ ਕ੍ਰੋਧ ਕਾਇਆ ਕਾ ਉਗਾਲੇ ਜਿਉ ਕੰਚਨ ਸੁਹਾਗਾ ਢਾਲੇ। ਤੋ ਮਹਾਰਾਜ ਕਹਿੰਦੇ ਕਾਮ ਵੀ ਕ੍ਰੋਧ ਵੀ, ਤੇ ਅੱਗੇ ਸ਼ਬਦ ਵਰਤਿਆ ਦੁਸ਼ਟਾਈ, ਦੁਸ਼ਟ ਮੰਦੇ ਖਿਆਲ ਤੇਰੇ ਝੜ ਜਾਣਗੇ, ਤੇਰੇ ਅੰਦਰੋਂ ਨਿਕਲ ਜਾਣਗੇ ਰੋਗ। ਕਹਿੰਦੇ ਨਾਨਕ ਜਾਕੋ ਕਿਰਪਾ ਗੁਸਾਈ ਹੈ, ਨਾਨਕ ਜਿਸ ਉਤੇ ਇਸ ਸ੍ਰਿਸ਼ਟੀ ਦਾ ਅਸਲ ਮਾਲਕ ਕਰਤਾ ਪੁਰਖ ਰਹਿਮਤ ਬਖਸ਼ਿਸ਼ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ 26 ਨੰਬਰ ਪੌੜੀ ਸਲੋਕ ਵਿਚ ਕਹਿੰਦੇ ਹਨ, ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਣ ਨਾ ਪਾਵੋ ਮੀਤ, ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਪੌੜੀ ਨਿਆ ਨਿਆਣੋ ਦ੍ਰਿੜ ਸਹੀ ਬਿਨਸ ਜਾਤ ਇਹੇਤ, ਗਣਤੀ ਗਣੋ ਨ ਗਣ ਸਕੋ ਊਠ ਸਿਧਾਰੇ ਕੇਤ, ਨਿਉ ਪੇਖੋ ਸੋ ਬਿਨਸ ਤੋ
ਕਾ ਸਿਉਂ ਕਰੀਐ ਸੰਗ, ਨਿਆਣੋ ਯਾ ਬਿਦ ਸਹੀ, ਚਿਤ ਝੂਠੋ ਮਾਇਆ ਰੰਗ। ਨਿਆਣੋ ਯਾ ਬਿਦ ਸਹੀ, ਚਿਤ ਝੂਠੋ ਮਾਇਆ ਰੰਗ। ਨਿਆਣ ਤੁਸੋਈ ਸੰਤ ਸੋਇ, ਭਰਮ ਤੇ ਕੀ ਚਿਤ ਭਿੰਨ। ਅੰਧਕੂਪ ਤੇ ਕੱਢੋ, ਜੇ ਹੋਵੋ ਸੋ ਪ੍ਰਸੰਨ। ਯਾ ਕੈ ਹਾਥ ਸਮਰੱਥ, ਤੇ ਕਾਰਨ ਕਰਨੇ ਜੋਗ, ਨਾਨਕ ਤੇ ਉਸਤਤ ਕਰੋ। ਯਾ ਹੂੰ ਕੀਓ ਸੰਜੋਗ। ਸਤਿਗੁਰੂ ਇਸ ਵਿੱਚ ਨਿੰਝੇ ਸ਼ਬਦ ਦੀ ਵਰਤੋਂ ਕਰਦੇ ਹਨ। ਸਤਿਗੁਰੂ ਕਹਿੰਦੇ ਨੇ, ਯਤਨ ਕਰੋ ਤੁਮ ਅਨਕ ਬਿਦ, ਭਾਵੇਂ ਤੂੰ ਸੰਸਾਰ ਦੀਆਂ ਲੱਖ ਚਤੁਰਾਈਆਂ ਵਰਤ ਲਵੇਂ, ਜੁਗਤਾਂ ਅਪਣਾ ਲਵੇਂ, ਪਰ ਇੱਕ ਗੱਲ ਪੱਕੀ ਹੈ, ਰਹਿਣ ਨਾ ਪਾਵੋ ਮੀਤ। ਸਦਾ ਵਾਸਤੇ ਤੂੰ ਟਿਕਿਆ ਨਹੀਂ ਰਹਿ ਸਕਦਾ, ਤੇਰੀ ਇਹ ਹਸਤੀ ਸਦਾ ਕਾਇਮ ਨਹੀਂ ਰਹਿ ਸਕਦੀ। ਅਸੀਂ ਯਤਨ ਕਰਦੇ ਹਾਂ ਜਿੰਨਾ ਵੀ ਸਮਾਂ ਸਾਨੂੰ ਮੋਹਲਤ ਸਾਨੂੰ ਮਿਲ ਜਾਏ, ਪਰ ਗੁਰੂ ਮਹਾਰਾਜ ਕਹਿੰਦੇ ਨੇ ਅਖੀਰ ਸਾਰੀ ਦੌੜ ਭੱਜ ਤੋਂ ਬਾਅਦ ਵੀ ਇੱਕ ਸੱਚਾਈ ਵਾਪਰ ਹੀ ਜਾਂਦੀ ਹੈ ਕਿ ਉਹ ਮਨੁੱਖ ਨੇ ਅਖੀਰ ਇਸ ਜਗ੍ਹਾ ਤੇ ਸਦਾ ਟਿਕੇ ਨਹੀਂ ਰਹਿਣਾ। ਹੁਣ ਗੁਰੂ ਮਹਾਰਾਜ ਕਹਿੰਦੇ ਨੇ ਜੀਵਤ ਰਹੋ ਹਰ ਹਰ ਭਜੋ, ਪਰ ਹਾਂ ਇੱਕ ਗੱਲ ਹੈ ਕਿ ਉਸ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਹੀ ਨਾ ਕਿਤੇ ਮਰ ਜਾਈ। ਉਹ ਕਿਹੜੀ ਮੌਤ ਹੈ? ਉਹਨੂੰ ਆਤਮਕ ਮੌਤ ਕਿਹਾ ਬਾਣੀ ਨੇ, ਆਖਾਂ ਜੀਵਾਂ ਵਿਸਰੈ ਮਰ ਜਾ। ਸਰੀਰ ਦੀ ਮੌਤ ਤਾਂ ਹਰ ਇੱਕ ਨੂੰ ਆਏਗੀ, ਕਾਰਨ ਵੱਖਰੇ ਵੱਖਰੇ ਹੋ ਸਕਦੇ ਨੇ, ਸਮਾਂ ਵੱਖਰਾ ਵੱਖਰਾ, ਪਰ ਵਾਪਰੇਗੀ। ਪਰ ਗੁਰੂ ਪਾਤਸ਼ਾਹ ਨੇ ਜਿਹੜਾ ਦੂਸਰਾ ਕਨਸੈਪਟ ਵਿਚਾਰ ਬਾਣੀ ਚ ਬਿਆਨ ਕੀਤਾ ਉਹ ਹੈ ਕਿ ਬਹੁਤਾਤ ਦੁਨੀਆਂ ਨੂੰ ਮੈਂ ਜਿਉਂਦਿਆਂ ਹੀ ਮਰਿਆ ਹੋਇਆ ਵੇਖਿਆ। ਜਿਉਂਦੇ ਨੇ ਸਰੀਰਕ ਤੌਰ ਤੇ, ਅੰਦਰੋਂ ਡੈਡ ਨੇ, ਖਤਮ ਨੇ। ਇਨਸਾਨੀ ਸੁਭਾਅ, ਇਨਸਾਨੀ ਗੁਣ, ਰੱਬੀ ਗੁਣ, ਕੋਈ ਉਪਕਾਰ ਜਜ਼ਬਾਤ ਤੇ ਭਾਵਨਾ ਜਿਹੜੀ ਇੱਕ ਸਚਿਆਰੇ ਮਨੁੱਖ ਚ ਹੋਣੀ ਚਾਹੀਦੀ, ਉਹ ਅੰਦਰ ਹੈ ਹੀ ਕੱਖ ਨਹੀਂ, ਖਾਲੀ ਹੈ। ਯਾਨੀ ਕਿ ਸਾਹ ਚੱਲ ਰਿਹਾ, ਸਰੀਰ ਹਰਕਤ ਕਰ ਰਿਹਾ, ਪਰ ਬਾਹਰੋਂ ਉਹ ਜਿਉਂਦੇ ਨੇ ਪਰ ਅੰਦਰੋਂ ਡੈਡ ਨੇ, ਅੰਦਰੋਂ ਖਤਮ ਨੇ। ਉਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ, ਜੀਵ ਅੰਦੜੋ ਮੋਇਓ, ਜਿਉਂਦਿਆਂ ਹੀ ਮਰਿਆ ਸਮਾਨ ਨੇ। ਇਹ ਸਾਡੇ ਜੀਵਨ ਦੀ ਦਸ਼ਾ ਵਾਸਤੇ ਗੁਰੂ ਪਾਤਸ਼ਾਹ ਨੇ ਕਿਹਾ। ਆਖਿਆ ਸਰੀਰਕ ਤੌਰ ਤੇ ਤਾਂ ਤੂੰ ਹਮੇਸ਼ਾ ਲਈ ਮਿਟ ਹੀ ਜਾਣਾ, ਤਾਂ ਸੱਚ ਹੈ, ਹਰ ਜਗ੍ਹਾ ਤੇ ਵਾਪਰਿਆ ਔਰ ਹਰ ਚੀਜ਼ ਉੱਤੇ ਵਾਪਰ ਰਿਹਾ। ਇਹਨੂੰ ਇੱਕ ਪਲ ਲਈ ਚੇਤੇ ਵਿੱਚ ਰੱਖ। ਹੁਣ ਅਗਲੀ ਗੱਲ ਸਮਝ ਕਿ ਜੇ ਤੂੰ ਉਸ ਮੌਤ ਤੋਂ ਪਹਿਲਾਂ ਜਿਹੜਾ ਤੈਨੂੰ ਜੀਵਨ ਮਿਲਿਆ ਹੈ, ਜ਼ਿੰਦਗੀ ਦਾ ਸਮਾਂ ਮਿਲਿਆ, ਜੇ ਤੂੰ ਇਹਨੂੰ ਜਿਉਂਦਿਆਂ ਵਾਂਗ ਬਤੀਤ ਕਰਨਾ ਚਾਹੁੰਦਾ ਹੈ, ਤਾਂ ਤੈਨੂੰ ਇੱਕ ਯਤਨ ਕਰਨਾ ਪਏਗਾ। ਨਾਨਕ ਨਾਮ ਪ੍ਰੀਤ, ਕਰਤੇ ਦੇ ਨਾਮ, ਕਰਤੇ ਦੇ ਗੁਣਾਂ ਨਾਲ ਪਿਆਰ ਪਾਉਣਾ ਪਏਗਾ। ਨਹੀਂ ਤਾਂ ਫਿਰ ਤੂੰ ਸਮਝੀ ਕਿ ਉਸ ਮੌਤ ਤੋਂ ਪਹਿਲਾਂ ਵੀ ਤੂੰ ਮਰਿਆ ਸਮਾਨ ਹੀ ਹੈ। ਉਹ ਸਰੀਰ ਦੇ ਵਜੂਦ ਦੇ ਮਿਟ ਜਾਣ ਤੋਂ ਪਹਿਲਾਂ ਵੀ ਤੇਰੀ ਜ਼ਿੰਦਗੀ ਦਾ ਕੋਈ ਅਰਥ ਨਹੀਂ, ਕੋਈ ਮਤਲਬ ਨਹੀਂ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਮੈਂ ਜਿਸ ਵੇਲੇ ਕਰਤੇ ਦੇ ਗੁਣ ਆਖਦਾ ਹਾਂ ਨਾ, ਮੈਨੂੰ ਜੀਵਨ ਮਿਲਦਾ ਹੈ। ਜਦੋਂ ਮੈਂ ਭੁੱਲ ਜਾ ਨਾ ਮਰ ਜਾਂਦਾ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾ। ਬਾਣੀ ਦੇ ਵਿੱਚ ਕਹਿ ਕਿ ਮਰਣੰ ਬਿਸਰਣੰ ਗੋਬਿੰਦ, ਜੀਵਨੰ ਹਰ ਨਾਮ ਤੇ ਆਵਣ, ਸੰਸਕ੍ਰਿਤੀ ਸਲੋਕ।
ਧੰਨ ਗੁਰੂ ਅਰਜਨ ਸਾਹਿਬ ਜੀ ਦੇ, ਤੂੰ ਵਿਸਰਿਆ ਹੈ ਮੈਂ ਮਰ ਗਿਆ ਹਾਂ, ਤੂੰ ਯਾਦ ਹੈ ਮੈਂ ਜਿਉਂਦਾ ਹਾਂ। ਗੁਰੂ ਪਾਤਸ਼ਾਹ ਮਹਾਰਾਜ ਨੇ ਉਨ੍ਹਾਂ ਨੂੰ ਸਹੀ ਅਰਥਾਂ ਵਿਚ ਜਿਉਂਦੇ ਮਨੁੱਖਾਂ ਦੀ ਸ਼੍ਰੇਣੀ ਚ ਰੱਖਿਆ, ਜਿਹੜੇ ਸਰੀਰ ਦੇ ਨਾਲ ਨਾਲ ਆਤਮਕ ਮਾਨਸਿਕ ਤੌਰ ਤੇ ਵੀ ਸੁਚੇਤ ਹਨ, ਗੁਰੂ ਦੇ ਗਿਆਨ ਦੀ ਰੋਸ਼ਨੀ ਵਿਚ ਜੀਵਨ ਜਿਉਂਦੇ ਹਨ, ਉਹ ਜਿਉਂਦੇ ਨੇ ਕਿਉਂਕਿ ਉਹ ਜਾਗਰੂਕ ਨੇ, ਸੁਚੇਤ ਨੇ ਆਪਣੇ ਜੀਵਨ ਪ੍ਰਤੀ, ਉਹ ਚੇਤਨ ਹਨ ਆਪਣੇ ਜੀਵਨ ਪ੍ਰਤੀ। ਉਨ੍ਹਾਂ ਨੂੰ ਪਾਤਸ਼ਾਹ ਨੇ ਕਿਹਾ ਜਿਉਂਦੇ ਨੇ, ਇਨ੍ਹਾਂ ਦਾ ਜੀਵਨ ਕੋਈ ਅਰਥ ਰੱਖਦਾ ਹੈ ਇਸ ਸੰਸਾਰ ਉੱਤੇ? ਇਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਾਇਨਾ ਹੈ, ਕੋਈ ਮਤਲਬ ਹੈ? ਪਰ ਦੂਜੇ ਤਾਂ ਮਰਿਆ ਸਮਾਨ ਨੇ, ਔਰ ਡੈਡ ਬਾਡੀਆਂ ਮੁਸ਼ਕੀ ਮਾਰਨਗੀਆਂ ਨਾ, ਪਈਆਂ ਰਹਿਣਗੀਆਂ ਤੇ ਉਨ੍ਹਾਂ ਦੇ ਜੀਵਨ ਚ ਸਵਾਰਥ ਦੀ ਬੋਹ ਹੀ ਆਉਂਦੀ ਰਹਿੰਦੀ ਹੈ, ਹਉਮੈ ਦੀ ਹੀ ਬੋਹ ਉਨ੍ਹਾਂ ਦੇ ਜੀਵਨ ਚੋਂ ਆਉਂਦੀ ਰਹਿੰਦੀ ਹੈ। ਉਨ੍ਹਾਂ ਦੇ ਜੀਵਨ ਦੁਰਗੰਧ ਨਾਲ ਭਰੇ ਹੋਏ ਹਨ, ਮਰਿਆ ਸਮਾਨ ਹਨ, 24 ਘੰਟੇ ਉਨ੍ਹਾਂ ਦੇ ਜੀਵਨ ਚੋਂ ਵਿਕਾਰਾਂ ਦੀ ਬਦਬੋ ਹੀ ਆਉਂਦੀ ਰਹੇਗੀ। ਕੋਈ ਸਕੂਨ ਨਹੀਂ ਮਿਲੇਗਾ ਉਨ੍ਹਾਂ ਦੇ ਕੋਲ ਬੈਠ ਕੇ, ਕੋਈ ਸਕੂਨ ਨਹੀਂ, ਉੱਥੇ ਹੈ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਤੁਸੀਂ, ਮੈਂ ਇੱਕ ਜਗ੍ਹਾ ਤੇ ਇੱਕ ਬਚਨ ਪੜ੍ਹਿਆ ਸੀ ਇੱਕ ਵਿਚਾਰਵਾਨ ਦਾ, ਤਾਜ ਮਹੱਲ ਬਣਾਇਆ ਆਗਰੇ ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ, ਔਰ ਉਹਨੂੰ ਦੇਖ ਕੇ ਅੱਜ ਵੀ ਉਹਨੂੰ ਅਜੂਬਾ ਕਿਹਾ ਜਾਂਦਾ ਵੀ ਕਮਾਲ ਹੈ, ਸੰਗਮਰਮਰ ਦੀ, ਚਿੱਟੇ ਸੰਗਮਰਮਰ ਦੀ ਉਹ ਇਮਾਰਤ, ਅੱਜ ਵੀ ਜਿਸ ਵੱਲ ਵੇਖ ਕੇ ਲੋਕ ਆਸ਼ਾਸ਼ ਕਰ ਉੱਠਦੇ ਨੇ। ਜਿਨ੍ਹਾਂ ਸਮਿਆਂ ਦੇ ਵਿੱਚ ਉਹ ਬਣਾਈ ਗਈ ਉਦੋਂ ਸਾਧਨ ਵੀ ਬਹੁਤੇ ਨਹੀਂ ਸਨ, ਕਿਵੇਂ ਮਹਿੰਗਾ ਪੱਥਰ ਢੋਇਆ ਗਿਆ, ਕਿਵੇਂ ਕਾਰੀਗਰ ਉਹਨਾਂ ਦੇ ਧੱਕੇ ਤੇ ਜ਼ੁਲਮ ਦੇ ਨਾਲ ਇਸ ਕੰਮ ਉੱਤੇ ਲਾਏ ਗਏ, ਤੇ ਕਿਵੇਂ ਉਹਨੂੰ ਬਣਾਇਆ ਗਿਆ, ਔਰ ਉਹਨਾਂ ਸਮਿਆਂ ਚ ਕਿੰਨਾ ਪੈਸਾ ਖਰਚ ਕਰਕੇ। ਅੱਜ ਉਸ ਪੈਸੇ ਨੂੰ ਅੱਜ ਦੇ ਹਿਸਾਬ ਨਾਲ ਤੁਸੀਂ ਜੇਕਰ ਉਹਦੀ ਗਿਣਤੀ ਕਰੋ, ਅੱਜ ਦੇ ਗ੍ਰਾਫ ਦੇ ਹਿਸਾਬ ਨਾਲ ਜੋ ਅੱਜ ਸਾਡਾ ਚਲਨ ਹੈ ਪੈਸੇ ਦਾ, ਤਾਂ ਤੁਸੀਂ ਹੈਰਾਨ ਰਹੋਗੇ, ਦੁਨੀਆਂ ਭੁੱਖੀ ਮਰ ਰਹੀ ਹੈ ਤੇ ਇੰਨਾ ਪੈਸਾ ਲਾਇਆ ਜਾ ਰਿਹਾ ਕਾਹਦੇ ਵਾਸਤੇ? ਵੀ ਇੱਥੇ ਮੇਰੀ ਬੇਗਮ ਦੀ ਕਬਰ ਬਣੇਗੀ ਤੇ ਬਾਅਦ ਵਿੱਚ ਆਪਣੀ ਕਬਰ ਦੀ ਥਾਂ ਵੀ ਰੱਖ ਲਈ, ਵੀ ਲੋਕ ਤਾਜ ਮਹੱਲ ਤਾਂ ਵੇਖਣ ਆਉਣਗੇ ਹੀ ਨਾ, ਤੇ ਜਦੋਂ ਵੇਖਣ ਆਉਣਗੇ ਨਾਲ ਮੇਰੀ ਕਬਰ ਵੀ ਵੇਖ ਜਾਣਗੇ। ਮਰਨ ਤੋਂ ਬਾਅਦ ਵੀ ਜਿਉਂਦੇ ਰਹਿਣ ਦੀ ਹਸਰਤ ਹੈ, ਮੈਨੂੰ ਯਾਦ ਕਰਨ ਲੋਕ, ਇਹ ਇੱਛਾ ਹੈ। ਉਹ ਸੁਹੱਪਣ ਬਾਹਰੀ ਤੌਰ ਤੇ, ਪਰ ਅੰਦਰ ਉਹਦੇ ਕੀ ਹੈ? ਦੋ ਕਬਰਾਂ, ਇੱਕ ਮੁਮਤਾਜ ਬੇਗਮ ਦੀ ਕਬਰ ਤੇ ਇੱਕ ਬਾਦਸ਼ਾਹ ਦੀ ਕਬਰ। ਏਡੇ ਸੋਹਣੇ ਮਹੱਲ ਦੇ ਵਿੱਚ ਬਣਿਆ ਵੀ ਕੀ ਤੇ ਦੋ ਮੁਰਦਿਆਂ ਦੀਆਂ ਕਬਰਾਂ? ਇੰਨੀ ਸੋਹਣੀ ਬਿਲਡਿੰਗ ਦੇ ਵਿੱਚ ਜਿਹਨੂੰ ਅਜੂਬਾ ਮੰਨਿਆ ਜਾਂਦਾ, ਲੋਕ ਉਹਦੀ ਸੁੰਦਰਤਾ ਵੇਖਣ ਜਾਂਦੇ ਹਨ, ਤਾਂ ਉਸ ਵੱਡੇ ਸਾਰੇ ਅਜੂਬੇ ਦੇ ਵਿੱਚ ਦੋ ਕਬਰਾਂ ਹਨ ਮਰਿਆ ਹੋਇਆਂ ਦੀਆਂ। ਜੋ ਕਹਿਣਾ ਚਾਹੁੰਦਾ ਹਾਂ ਮੈਂ ਕਿ ਜੀਵਨ ਵੀ ਬਾਹਰੋਂ ਕਈ ਵਾਰ ਤਾਜ ਮਹਿਲ ਵਰਗਾ ਬੜਾ ਸੋਹਣਾ, ਬੜਾ ਸੁੰਦਰ, ਬੜਾ ਸਾਫ਼ ਸੁਥਰਾ, ਬੜਾ ਸਫ਼ੇਦ ਨਜ਼ਰ ਆਉਂਦਾ, ਪਰ ਜੇ ਅੰਦਰ ਜੀਵਨ ਨਾ ਹੋਵੇ ਤੇ ਕਬਰ ਸਮਾਨ ਹੀ ਹੈ। ਜਿਹੜੀ ਹਾਲਤ ਤਾਜ ਮਹੱਲ ਦੀ ਹੈ ਨਾ, ਉਹੀ ਸਾਡੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜੇ ਤੂੰ ਜੀਵਨ ਲੋੜਦਾ ਹੈ, ਅਸਲੀ ਜੀਵਨ ਜਿਉਣਾ ਚਾਹੁੰਦਾ, ਨਾਨਕ ਨਾਮ ਪ੍ਰੀਤ, ਤੋ ਪਾਤਸ਼ਾਹ ਕਹਿੰਦੇ ਨੇ ਨਿਆਣਾ ਜਾਣੋ, ਸਮਝ ਲੈ, ਦ੍ਰਿੜ ਸਹੀ, ਇਹਨੂੰ ਪੱਕਾ ਕਰ ਲੈ ਇਸ ਸਹੀ ਗੱਲ ਨੂੰ। ਬਿਨਸ ਜਾਤ ਇਹ ਹੇਤ, ਇਹ ਸੰਸਾਰ ਦੇ ਝੂਠੇ ਜਿਹੜੇ ਪਿਆਰ ਨੇ ਨਾ, ਇਹ ਬੜੀ ਛੇਤੀ ਟੁੱਟ ਜਾਂਦੇ ਨੇ, ਬੜੀ ਛੇਤੀ। ਇਹਨਾਂ ਨੂੰ ਕੁਸੁੰਬੇ ਦੇ ਰੰਗ ਨਾਲ ਤਾਂ ਹੀ ਬਾਣੀ ਨੇ ਤੁਲਨਾ ਦਿੱਤੀ,
ਵਿਕਾਰਾਂ ਦੇ ਚਸਕੇ ਬੜੀ ਛੇਤੀ ਕੌੜੇ ਹੋ ਜਾਂਦੇ ਨੇ। ਸੰਸਾਰ ਦੀਆਂ ਝੂਠੀਆਂ ਸਾਂਝਾਂ ਬੜੀ ਛੇਤੀ ਟੁੱਟ ਜਾਂਦੀਆਂ ਨੇ ਔਰ ਕਸੈਲੀਆਂ ਹੋ ਜਾਂਦੀਆਂ ਨੇ। ਬਾਣੀ ਨੇ ਫਰਮਾਇਆ ਨਾ ਵੀ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਸਾਂਝ ਪਾਈ ਵੀ ਮਿੱਠਾ ਹੈ ਪਰ ਰਿਐਕਸ਼ਨ ਕੌੜਾ ਹੀ ਨਿਕਲਿਆ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗਣਤੀ ਗਣੋ ਨਾ ਗਣ ਸਕੋ, ਨਾ ਮੈਂ ਕੋਈ ਗਿਣਤੀ ਗਣ ਸਕਦਾ ਹਾਂ, ਨਾ ਹੀ ਇਹਨਾਂ ਦੀ ਗਿਣਤੀ ਹੋ ਸਕਦੀ ਹੈ। ਊਟ ਸੁਧਾਰੇ ਕੇਤ ਕਿੰਨੇ ਹੀ ਇਹਨਾਂ ਵਿਕਾਰਾਂ ਦੇ ਕੌੜੇ ਚਸਕਿਆਂ ਦੇ ਸ਼ਿਕਾਰ ਹੋਏ, ਆਖਰ ਆਤਮਕ ਮੌਤ ਤੇ ਮਰ ਗਏ। ਤੇ ਫਿਰ ਇਸ ਆਤਮਕ ਮੌਤ ਨੂੰ ਹੰਢਾਉਂਦਿਆਂ ਸਰੀਰ ਦਾ ਵਜੂਦ ਵੀ ਮਿਟ ਹੀ ਜਾਣਾ ਸੀ, ਮਿਟ ਗਿਆ। ਤੋ ਅੱਗੇ ਕਹਿੰਦੇ ਨੇ ਯੋ ਪੇਖੋ ਸੋ ਬਿਨਸਤੋ, ਜੋ ਵੀ ਮੈਂ ਵੇਖ ਰਿਹਾ ਨਾ ਆਪਣੇ ਦੁਆਲੇ ਆਲੇ ਦੁਆਲੇ, ਸਭ ਦਾ ਵਜੂਦ ਮਿਟਦਾ ਹੀ ਜਾ ਰਿਹਾ। ਹੌਲੀ 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 ਵਜੂਦ ਮਿਟ ਰਹੇ ਹਨ। ਕਾਸ਼ਿਉ ਕਰੀਏ ਸੰਗ, ਕਿਹਦੇ ਨਾਲ ਪੱਕੀ ਸਾਂਝ ਬਣਾ ਕੇ ਰੱਖੀਏ? ਕਿਹੜੀ ਚੀਜ਼ ਹੈ ਜਿਹੜੀ ਸਦਾ ਕਾਇਮ ਰਹਿ ਸਕੇ? ਨਾ ਮਾਇਆ ਦੇ ਝੂਠੇ ਪਿਆਰ ਕਾਇਮ ਰਹਿੰਦੇ ਨੇ, ਨਾ ਵਿਕਾਰਾਂ ਦਾ ਰਸ ਕਾਇਮ ਰਹਿੰਦਾ ਹੈ, ਉਹ ਵੀ ਦੁੱਖ ਦੇ ਕੇ ਤੁਰ ਜਾਂਦਾ ਹੈ, ਔਰ ਨਾ ਹੀ ਇਹ ਸੰਸਾਰ ਦਾ ਬਾਹਰਾ ਦ੍ਰਿਸ਼ਟਮਾਨ ਪਸਾਰਾ ਜਿਹੜਾ ਇਹ ਕਾਇਮ ਰਹਿੰਦਾ ਹੈ। ਜਾਣੋ ਯਾ ਬਿਦ ਸਹੀ ਚਿੱਤ ਝੂਠਾ ਮਾਇਆ ਰੰਗ, ਇਸ ਵਿਧੀ ਇਸ ਜੁਗਤ ਨੂੰ ਆਪਣੇ ਚਿੱਤ ਵਿੱਚ ਸਹੀ ਮੰਨ ਲੈ, ਕਿਉਂਕਿ ਇਹੀ ਸਹੀ ਹੈ। ਝੂਠਾ ਨਾਸ਼ਵੰਤ ਹੈ, ਥੋੜੇ ਸਮੇਂ ਦਾ ਹੈ, ਅਖੀਰ ਸੱਚਾਈ ਦੀ ਭੇਟ ਚੜ ਜਾਏਗਾ। ਇਹ ਮਾਇਆ ਰੰਗ ਝੂਠ ਦਾ ਪਿਆਰ ਝੂਠਾ ਹੀ ਹੈ, ਉਨਾ ਵਕਤ ਹੈ ਜਿੰਨਾ ਚਿਰ ਤੂੰ ਇਸ ਨੂੰ ਫੜੀ ਰੱਖਦੈ, ਔਰ ਅਖੀਰ ਉਹ ਚੀਜ਼ ਹੌਲੀ ਹੌਲੀ ਤੇਰੇ ਸਾਹਮਣੇ ਹੀ ਉਹਦਾ ਵਜੂਦ, ਉਹਦੀ ਹਸਤੀ, ਉਹਦੀ ਹੋਂਦ ਮਿਟ ਜਾਂਦੀ ਹੈ। ਕਹਿੰਦੇ ਹਨ ਜਾਣਤ ਸੋਈ ਸੰਤ ਸੋਏ, ਭ੍ਰਮ ਤੇ ਕੀਚਤ ਭਿੰਨ, ਅਸਲ ਗਿਆਨੀ ਤਾਂ ਉਹ ਹੈ, ਅਸਲ ਸੰਤ ਤਾਂ ਉਹ ਹੈ ਜਿਸ ਨੂੰ ਅਕਾਲ ਪੁਰਖ ਨੇ ਰਹਿਮਤ ਕੀਤੀ ਤੇ ਜਿਹੜਾ ਭਰਮ ਤੋਂ ਪਾਸੇ ਹੋ ਗਿਆ, ਜਿਹੜਾ ਇਸ ਭਰਮ ਤੋਂ ਬਚ ਗਿਆ। ਭਰਮ ਕਹਿੰਦੇ ਨੇ ਜੈਸਾ ਮਾਨੀਏ ਹੋਏ ਨਾ ਤੈਸਾ, ਜਿਹੋ ਜਿਹਾ ਕਿਸੇ ਚੀਜ਼ ਨੂੰ ਮੰਨ ਲਓ ਉਹੋ ਜੀ ਨਾ ਨਿਕਲੇ ਭਰਮ ਹੈ। ਜਿਹੜਾ ਇਸ ਭਰਮ ਚੋਂ ਬਾਹਰ ਹੋ ਗਿਆ ਨਾ ਗਿਆਨੀ ਉਹ ਹੈ, ਜਿਹੜਾ ਭਰਮ ਚੋਂ ਬਾਹਰ ਹੋ ਗਿਆ ਨਾ ਸੰਤ ਉਹ ਹੈ। ਨਾ ਤਾਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਅਸਲ ਗਿਆਨੀ ਹੈ ਤੇ ਨਾ ਧਾਰਮਿਕ ਪਹਿਰਾਵੇ ਪਾ ਕੇ ਤੇ ਅੱਧੀਆਂ ਅੱਖਾਂ ਖੋਲ ਕੇ ਤੇ ਅੱਧੀਆਂ ਬੰਦ ਕਰਕੇ ਪੂਜਾ ਕਰਾਉਣ ਵਾਲਾ ਸੰਤ ਹੈ। ਦੋਵਾਂ ਨੂੰ ਇਕੱਠਿਆਂ ਰੱਖ ਲਿਆ, ਦੋਵੇਂ ਹੀ ਨਾ ਤਾਂ ਉਹ ਅਸਲ ਗਿਆਨੀ ਹੈ ਤੇ ਨਾ ਉਹ ਅਸਲ ਸੰਤ ਹੈ, ਨਾ ਉਹ ਭਗਤ ਹੈ ਤੇ ਨਾ ਉਹ ਵਿਦਵਾਨ ਹੈ ਜਿਹੜਾ ਭਰਮ ਵਿੱਚ ਫਸਿਆ ਹੋਇਆ। ਜਿਹੜਾ ਭਰਮ ਤੋਂ ਮੁਕਤ ਹੋ ਗਿਆ ਨਾ ਸਮਝੋ ਗਿਆਨੀ ਇਹ ਹੈ, ਭਰਮ ਤੋਂ ਮੁਕਤ ਹੋ ਗਿਆ ਸੰਤ ਉਹ ਹੈ। ਇਸ ਵਾਸਤੇ ਆਖਿਆ ਅੰਧ ਕੂਪ ਤੇ ਤਿਹ ਕੱਢੋ, ਹੇ ਅਕਾਲ ਪੁਰਖ ਜੀ ਤੁਸੀਂ ਕਿਰਪਾ ਕਰਦੇ ਹੋ ਉਹਨੂੰ ਅੰਧ ਕੂਪ, ਅੰਧ ਕੂਪ ਕਹਿੰਦੇ ਨੇ ਹਨੇਰਾ ਖੂਹ, ਮਾਇਆ ਦੇ ਮੋਹ ਦਾ, ਅਗਿਆਨਤਾ ਦਾ ਜਿਹੜਾ ਹਨੇਰਾ ਹਨੇਰੇ ਨਾਲ ਭਰਿਆ ਹੋਇਆ ਖੂਹ। ਕਿਹਨੂੰ ਕਹਿੰਦੇ ਨੇ? ਜ਼ਮੀਨ ਦੇ ਤਲ ਤੋਂ ਥੱਲੇ, ਜ਼ਮੀਨ ਦੇ ਤਲ ਤੋਂ ਥੱਲੇ ਕਈ ਫੁੱਟ ਥੱਲੇ ਚਲਿਆ ਗਿਆ, ਉਸ ਡੂੰਘੇ ਖੱਡ ਦੇ ਵਿੱਚ ਡਿੱਗ ਪੈਣਾ ਭਾਵ ਪਤਿਤ ਹੋ ਜਾਣਾ। ਜੀਵਨ ਦੇ ਲੈਵਲ ਤੋਂ ਥੱਲੇ ਡਿੱਗ ਪਿਆ ਬੰਦਾ, ਸਮਝੋ ਖੂਹ ਚ ਡਿੱਗ ਪਿਆ, ਤੇ ਉੱਥੇ ਹਨੇਰਾ ਹੀ ਹਨੇਰਾ, ਅਗਿਆਨਤਾ ਹੀ ਅਗਿਆਨਤਾ ਹੈ, ਉੱਥੇ ਚਾਨਣ ਦੀ ਕੋਈ ਕਿਰੜੀ ਨਹੀਂ। ਤੋ ਗੁਰੂ ਮਹਾਰਾਜ ਕਹਿੰਦੇ ਨੇ ਉਸ ਜੀਵਨ ਦੇ ਇਨਸਾਨੀ ਗੁਣਾਂ ਦੇ ਪੱਧਰ ਤੋਂ ਥੱਲੇ ਖੂਹ ਵਿੱਚ ਗੱਡੇ ਵਿੱਚ ਜਾ ਡਿੱਗਿਆ, ਅਗਿਆਨਤਾ ਦੇ ਵਿੱਚ ਜੀਵਨ ਜੀਵਣ ਵਾਲਾ ਹਨੇਰੇ ਖੂਹ ਚ ਪਿਆ ਹੋਇਆ ਹੈ,
ਉਥੋਂ ਤੁਸੀਂ ਹੀ ਅਕਾਲ ਪੁਰਖ ਜੀ ਉਸ ਜੀਵ ਨੂੰ ਕੱਢ ਲੈਂਦੇ ਹੋ, ਜੇ ਹੋਵੋ ਸੋ ਪ੍ਰਸੰਨ, ਜਿਸ ਉਤੇ ਤੁਸੀਂ ਆਪਣੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਖੁਸ਼ ਹੋ ਪ੍ਰਸੰਨ ਹੋ, ਯਾਂ ਕਹਿ ਹਾਥ ਸਮਰੱਥ ਤੇ ਕਾਰਨ ਕਰਨਾ ਜੋ, ਸਾਰਾ ਕੁਝ ਹਜ਼ੂਰ ਕਹਿੰਦੇ ਉਸ ਕਰਤੇ ਦੀ ਕੰਟਰੋਲ ਵਿਚ, ਹੱਥ ਚ ਕਹਿੰਦੇ ਨੇ ਕੰਟਰੋਲ ਵਿਚ। ਹੱਥ ਦਾ ਮਤਲਬ ਇਹ ਨਾ ਸਮਝਣਾ ਵੀ ਰੱਬ ਕੋਈ ਸਰੀਰਧਾਰੀ ਹੈ, ਇਹ ਇੱਕ ਮੁਹਾਵਰਾ ਹੁੰਦਾ। ਜਿਵੇਂ ਅਸੀਂ ਕਹਿੰਦੇ ਫਲਾਨਾ ਬੰਦਾ ਮੇਰੇ ਹੱਥ ਨੂੰ, ਬੰਦਾ ਹੱਥ ਚ ਕਿਵੇਂ ਆ ਸਕਦਾ, ਯਾਨੀ ਕਿ ਮੇਰੇ ਕੰਟਰੋਲ ਚ, ਮੈਂ ਉਹ ਤੋਂ ਕੰਮ ਲੈ ਸਕਦਾ ਹਾਂ, ਉਹ ਆਪਣੇ ਹੱਥ ਚ ਹੈ। ਜਾਂ ਅਸੀਂ ਕਹਿੰਦੇ ਫਲਾਨਾ ਕੰਮ ਮੇਰੇ ਹੱਥ ਵਸ ਨਹੀਂ, ਭਾਵ ਮੇਰੇ ਕੰਟਰੋਲ ਚ ਨਹੀਂ, ਮੈਂ ਨਹੀਂ ਕਰ ਸਕਦਾ, ਮੇਰੀ ਇੰਨੀ ਸਮਰੱਥਾ ਨਹੀਂ, ਜਾਂ ਫਲਾਨਾ ਕੰਮ ਤਾਂ ਮੇਰੇ ਹੱਥ ਦੀ ਖੇਡ ਹੈ, ਯਾਨੀ ਕਿ ਮੈਂ ਕਰ ਸਕਦਾ, ਪੋਸੀਬਿਲਿਟੀ ਹੈ, ਸੰਭਵ ਹੈ ਕਿ ਮੇਰੇ ਕੋਲ ਉਹ ਹੋ ਸਕਦਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਹ ਮੁਹਾਵਰੇ ਜਿਹੜੇ ਅਸੀਂ ਆਮ ਬੋਲਚਾਲ ਚ ਵਰਤਦੇ ਹਾਂ ਨਾ, ਬਾਣੀ ਚ ਵੀ ਮਹਾਰਾਜ ਨੇ ਇਹਨਾਂ ਦੀ ਵਰਤੋਂ ਬੜੀ ਭਰਪੂਰ ਕੀਤੀ ਹੈ। ਜਿਵੇਂ ਅਸੀਂ ਇੱਕ ਜਗ੍ਹਾ ਕਹਿ ਦਿੰਦੇ ਹਾਂ ਕਿ ਅੱਜ ਤੋਂ ਬਾਅਦ ਆਹ ਕੰਮ ਕਰਨ ਤੋਂ ਬਾਅਦ ਤੂੰ ਮੇਰੇ ਲਈ ਮਿੱਟੀ ਹੋ ਗਿਆ, ਯਾਨੀ ਕਿ ਤੇਰੀ ਕੋਈ ਔਕਾਤ ਮੇਰੇ ਸਾਹਮਣੇ ਹੁਣ ਨਹੀਂ ਰਹੀ। ਮੁਹਾਵਰਾ ਕਿ ਤੂੰ ਮੇਰੇ ਸਾਹਮਣੇ ਹੁਣ ਮਿੱਟੀ ਹੈ। ਇਸੇ ਤਰ੍ਹਾਂ ਬਾਣੀ ਨੇ ਵੀ ਮੁਹਾਵਰਾ ਵਰਤਿਆ, ਹਰ ਨਾਮ ਨਾ ਸਿਮਰੈ ਸਾਧ ਸੰਗ ਤੈਂ ਤਨ ਉੱਡੈ ਖੇ। ਹੁਣ ਤੁਸੀਂ ਦੱਸੋ ਵੀ ਜਿਹੜੇ ਜਪ ਲੈਂਦੇ ਨੇ ਉਹਨਾਂ ਦੇ ਸਰੀਰ ਦੀ ਖੇ ਨਹੀਂ ਬਣਦੀ, ਉਹ ਵੀ ਤਾਂ ਮਿੱਟੀ ਚ ਹੀ ਰਲਦੇ ਨੇ ਅਖੀਰ। ਪਰ ਮੁਹਾਵਰਾ ਇਹ ਕਹਿੰਦਾ ਹੈ, ਕਥਨ ਇਹ ਕਹਿੰਦਾ ਹੈ ਵੀ ਜਿਹੜੇ ਸੱਚ ਨਾਲ ਨਹੀਂ ਜੁੜਦੇ, ਗੁਰੂ ਪਾਤਸ਼ਾਹ ਕਹਿੰਦੇ ਮੇਰੇ ਸਾਹਮਣੇ ਮਿੱਟੀ ਸਮਾਨ, ਉਹਨਾਂ ਦੇ ਵਜੂਦ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਸੋ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਸਮਰੱਥ ਤੇ ਉਹ ਸਮਰੱਥ ਹੈ, ਕਾਰਨ ਕਰਨਾ ਯੋਗ ਆਪ ਕਰਨ ਵਾਲਾ ਤੇ ਕਾਰਨਾਂ ਨੂੰ ਪੈਦਾ ਕਰਨ ਵਾਲਾ ਹੈ, ਨਾਨਕ ਤੇ ਉਸਤਤ ਕਰੋ। ਹੇ ਨਾਨਕ, ਇਸੇ ਕਰਕੇ ਮੈਂ ਉਹਦੀ ਸ਼ੋਭਾ, ਉਹਦੀ ਵਡਿਆਈ ਤੇ ਉਹਦੀ ਉਸਤਤ ਕਰਦਾ ਹਾਂ, ਉਹਦੀ ਸਿਫਤ ਤੋਂ ਸਲਾਹ ਕਰਦਾ ਹਾਂ। ਯਾਹੂ ਕੀ ਉਹ ਸੰਯੋਗ, ਉਸਨੇ ਹੀ ਕਿਰਪਾ ਕਰਕੇ ਇਹ ਸਬੱਬ ਬਣਾਇਆ ਵੀ ਮੇਰੀ ਸਾਂਝ ਉਹਦੇ ਨਾਲ ਬਣ ਗਈ। ਭਾਵ ਜੇ ਮੈਂ ਉਸ ਸੱਚ ਨਾਲ ਜੁੜਿਆ ਹੋਇਆ ਨਾ, ਤੇ ਇੱਥੇ ਵੀ ਮੈਂ ਇਹ ਨਹੀਂ ਮੰਨਦਾ ਕਿ ਮੇਰੀ ਕੋਈ ਤਾਕਤ ਹੈ ਜਾਂ ਮੈਂ ਇੰਨਾ ਕੁਝ ਕਰ ਸਕਦਾ ਸਾਂ ਜਾਂ ਮੇਰੇ ਕੰਟਰੋਲ ਚ ਨਹੀਂ, ਇਹਨੂੰ ਵੀ ਮੈਂ ਉਹਦੀ ਕਿਰਪਾ ਹੀ ਮੰਨਦਾ। ਜੇ ਉਹਨੇ ਮੈਨੂੰ ਆਪਣੇ ਨਾਮ ਦੀ ਚੰਗਿਆਈ ਦੀ ਦਾਤ ਦੇ ਦਿੱਤੀ ਹੈ ਨਾ, ਤਾਂ ਇਹਦੇ ਚ ਮੇਰੀ ਕੋਈ ਚਤੁਰਾਈ ਨਹੀਂ, ਉਹਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਹੈ ਕਿ ਮੈਂ ਇਹ ਕੁਝ ਕੀਤਾ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ। ਇਹ ਤੇਰੀ ਕਿਰਪਾ ਹੈ, ਤੂੰ ਰਹਿਮਤ ਕੀਤੀ ਹੈ, ਵਰਨਾ ਮੈਂ ਕੌਣ ਹਾਂ। ਸਤਿਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਤਿਗੁਰਾਂ ਦਾ ਇਹ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।